ਤੇ ਤੁਸੀਂ ਨੋ ਆਪਣੇ ਫ੍ਰੀ ਪ੍ਰੋਬਲਮ। ਟਾਈਮ ਵਿੱਚੋਂ ਥੋੜਾ ਫ੍ਰੀ ਟਾਈਮ ਸਾਡੇ ਲਈ ਵੀ ਕੱਢਿਆ। ਨਹੀਂ ਚਲੋ ਲੋਕਡਾਊਨ ਹੁਣ ਤਾਂ ਫ੍ਰੀ ਆ, ਪਰ ਥੋੜਾ ਸਾਜਰੇ ਉੱਠਣਾ ਪਿਆ। ਸੋ ਚਲੋ ਇਟਸ ਅ ਖਿਆਲ ਹੀ, ਕੁਛ ਤੁਸੀਂ ਬ੍ਰਿਟਿਸ਼ਿਆ ਦੇ ਲਈ ਕੁਝ ਡਿਫਰੈਂਟ ਕੀਤਾ, ਤੁਸੀਂ ਥੋੜਾ ਜਿਹਾ ਸਾਜਰੇ ਉੱਠ ਕੇ ਸਾਡੇ ਨਾਲ ਬਿਲਕੁਲ ਗੱਲਬਾਤ ਬਿਲਕੁਲ। ਕਰਨ ਲੱਗੇ ਆ। ਇਟ ਵਿਲ ਬੀ ਹਾਂਜੀ ਫ੍ਰੈਸ਼। ਹਾਂਜੀ, ਹੋਰ ਕਿੱਦਾਂ, ਐਵਰੀਥਿੰਗ ਗੁੱਡ? ਐਵਰੀਥਿੰਗ ਇਜ਼ ਗੁੱਡ। ਤੁਸੀਂ ਦੱਸੋ, ਹਾਊਜ਼ ਲੋਕਡਾਊਨ ਐਂਡ ਐਵਰੀਥਿੰਗ ਗੋਇੰਗ? ਲੌਕਡਾਊਨ ਵਧੀਆ ਚੱਲੀ ਜਾਂਦਾ ਜੀ, ਬਸ ਗਾਣੇ ਗੁਣੇ ਬਣ ਰਹੇ ਆ, ਹੋਰ ਤਾਂ ਕੁਛ ਕਰਨ ਨੂੰ ਹੈ ਨਹੀਂਗਾ। ਫੈਮਿਲੀ ਨਾਲ ਟਾਈਮ ਸਪੈਂਡ, ਤੁਹਾਨੂੰ ਪਤਾ ਹੀ ਆ, ਇਦਾਂ ਹੀ ਆ ਸਾਰਾ ਕੁਛ। ਓਕੇ, ਤੇ ਉਧਰ ਤੁਸੀਂ ਵਰਕਆਊਟ ਵਰਕਆਊਟ ਵੀ ਕੀਤਾ ਜਾਂ ਇਦਾਂ ਹੀ ਘਰੇ ਬੈਠੇ ਆ ਤੁਸੀਂ ਆਲ ਦਾ ਟਾਈਮ? ਵਰਕਆਊਟ ਤਾਂ ਇੰਡੀ ਕੀਤਾ ਸੀਗਾ, ਹੁਣ ਤਾਂ ਥੋੜਾ ਜਿਹਾ ਰੋਟੀਆਂ ਹੀ ਚੱਲ ਰਹੀਆਂ ਨੇ ਇੱਥੇ, ਤਾਂ ਅੱਛਾ, ਵਰਕਆਊਟ ਤਾਂ ਨਹੀਂ ਚੱਲ ਰਿਹਾ। ਓਕੇ। ਪਹਿਲੀ ਗੱਲ ਤਾਂ ਕੰਗ੍ਰੈਚੁਲੇਸ਼ਨਸ ਔਨ ਦ ਨਿਊ ਰਿਲੀਜ਼ ਆਫ ਲੈਟ ਹਿਮ ਪਲੇ। ਇਟਸ ਥੈਂਕ ਯੂ ਡੂਇੰਗ ਥੈਂਕ ਵੈਰੀ ਯੂ। ਵੈਲ। ਆਈ ਥਿੰਕ ਇਟਸ ਗੈਟਿੰਗ ਆਲਮੋਸਟ 10 ਮਿਲੀਅਨ ਵਿਊਜ਼। ਯਾ ਥੈਂਕ ਯੂ। ਯਾ, ਸੋ ਥੋੜਾ ਬਹੁਤ ਇਲੈਬੋਰੇਟ ਕਰੋ ਕਿ ਲੈਰਮ ਪਲੇ ਕਿਵੇਂ ਬਣਿਆ ਐਂਡ ਲਾਈਕ ਕਿਉਂ ਬਣਾਇਆ, ਵਾਟ ਵਾਸ ਦ ਮੋਟਿਵ ਬਿਹਾਈਂਡ ਇਟ? ਲੈਰਮ ਪਲੇ ਤਾਂ ਪਹਿਲਾਂ ਐਕਚੁਅਲੀ ਜਦੋਂ ਅਸੀਂ ਇੰਡੀਆ ਤੋਂ ਆਏ ਸੀਗੇ, ਕਾਫੀ ਗਾਣੇ ਰੈਡੀ ਪਏ ਸੀਗੇ, ਪਰ ਪਹਿਲਾਂ ਇਦਾਂ ਸੀਗਾ ਵੀ ਉਹਨਾਂ ਚੋਂ ਕੋਈ ਗਾਣਾ ਛੱਡਾਂਗੇ, ਪਰ ਜਦੋਂ ਇੱਥੇ ਆਏ ਤਾਂ ਤੁਹਾਨੂੰ ਪਤਾ ਹੀ ਨਾਲ ਦੀ ਨਾਲ ਕੰਮ ਚੱਲਦਾ ਗਿਆ ਤੇ ਗਾਣੇ ਗੁਣੇ ਅਸੀਂ ਲਿਖਦੇ ਰਹੇ। ਐਂਡ ਉਹ ਗਾਣਾ ਸੀ ਚੱਲੇ ਸੀ ਕੈਲਗਰੀ ਨੂੰ, ਮੈਂ ਮੇਰੇ ਸਾਰੇ ਫਰੈਂਡ ਹੋਣੀ, ਤੇ ਜਾਂਦੇ ਜਾਂਦੇ ਸਾਨੂੰ ਮੇਰਾ ਫਰੈਂਡ ਹੈ ਮੁੰਡਾ ਪ੍ਰੂਫ, ਜਿਹਨੇ ਬਿੱਲੀ ਬਿੱਲੀ ਅੱਖ ਦਾ ਤੇ ਆਪਣੇ ਇਟਸ ਓਕੇ ਗੋਡ ਦਾ ਮਿਊਜ਼ਿਕ ਦਿੱਤਾ ਸੀ। ਸੋ ਹੀ ਸੈਂਟ ਮੀ ਅ ਬੀਟ ਓਵਰ ਦਾ ਵਟਸਐਪ ਐਂਡ ਹੀ ਇਜ਼ ਲਾਈਕ ਭਾਜੀ ਆ ਕੁਝ ਬਣਾਇਆ ਸੀ ਤੁਹਾਡੇ ਲਈ ਮੈਂ, ਤੇ ਜਦੋਂ ਮੈਂ ਚੈੱਕ ਕੀਤੀ ਮੈਨੂੰ ਬਹੁਤ ਵਧੀਆ ਲੱਗੀ ਬੀਟ, ਤੇ ਅਸੀਂ ਜਾਂਦੇ ਜਾਂਦੇ ਉੱਥੇ ਗਾਣਾ ਲਿਖਤਾ ਰਹੇ। ਸੋ ਜਦੋਂ ਅਸੀਂ ਉਹ ਗਾਣਾ ਲਿਖਿਆ, ਮੈਂ ਕਿਹਾ ਯਾਰ ਅਗਲਾ ਗਾਣਾ ਇਹ ਹੋਣਾ ਚਾਹੀਦਾ, ਬਿਕਾਜ਼ ਵਧੀਆ ਲੱਗਿਆ ਮੈਨੂੰ, ਕਾਫੀ ਵਧੀਆ ਲੱਗਿਆ ਗਾਣਾ ਪਰਸਨਲੀ, ਜਿਵੇਂ ਉਹ ਟਾਈਮ ਦੇ ਹਿਸਾਬ ਨਾਲ। ਤੇ ਬਸ ਅਸੀਂ ਛੱਡਤਾ ਵੀਡੀਓ ਬਣਾ ਕੇ, 5 ਹਫ਼ਤਿਆਂ ਦਿਨਾਂ 'ਚ ਵੀਡੀਓ ਹੋ ਗਈ। ਤੇ ਤੁਸੀਂ ਲੌਕਡਾਊਨ ਦੇ ਵਿੱਚ ਉਹਦੀ ਵੀਡੀਓ ਸ਼ੂਟ ਕੀਤੀ ਆ, ਡੂ ਯੂ ਫੀਲ ਅ ਬਿਟ ਗਿਲਟੀ? ਨਹੀਂ, ਅਸੀਂ ਆਪਣੀ ਪ੍ਰਾਈਵੇਟ ਪ੍ਰੋਪਰਟੀਜ਼ ਤੇ ਸੀਗੇ, ਸੋ ਕੋਈ ਇਦਾਂ ਦਾ ਚੱਕਰ ਨਹੀਂ ਸੀਗਾ, ਸਾਰੇ ਸੋਸ਼ਲ ਡਿਸਟੈਂਸਿੰਗ ਜਿਹੜੀ ਕਹਿੰਦੇ ਅਸੀਂ ਬਣਾ ਕੇ ਰੱਖੀ, ਤੇ ਓਕੇ, ਕੋਈ ਇੱਡਾ ਚੱਕਰ ਨਹੀਂ ਸੀਗਾ। ਵੈਸੇ ਪਰ ਅਸੀਂ ਤੁਹਾਡੀਆਂ ਫੋਟੋਆਂ ਵਧੀਆ ਦੇਖੀਆਂ, ਫਨ ਹੋ ਗਿਆ ਤੁਸੀਂ ਤਾਂ ਲੋਕਡਾਊਨ 'ਚ। ਬੜੇ ਕਲੋਸ ਕਲੋਸ ਬੈਠੇ ਸੀ ਸਾਰਿਆਂ ਦੇ ਨਾਲ, ਸੋਸ਼ਲ ਡਿਸਟੈਂਸਿੰਗ ਸਾਨੂੰ ਤਾਂ ਦਿਸ ਨਹੀਂ ਰਹੀ ਸੀ। ਹੁਣ ਤੁਸੀਂ ਔਨ ਦਾ ਸਪੌਟ ਮੈਨੂੰ ਰੱਖ ਰਹੇ ਹੋ ਜਾਂ ਕੀ ਹੋ ਰਿਹਾ ਹੈ? ਯਾ, ਦਿਸ ਇਜ਼ ਔਨ ਦ ਸਪੌਟ, ਅਸੀਂ ਤੁਹਾਨੂੰ ਥੋੜਾ ਹਾਂਜੀ, ਕੰਫਰਟ ਜ਼ੋਨ ਤੋਂ ਬਾਹਰ ਕਰਾਂਗੇ। ਕੋਈ ਚੱਕਰ ਨਹੀਂ, ਨਹੀਂ ਹੈਗੀ ਸੀ, ਅਸੀਂ ਟਰਾਈ ਕੀਤਾ ਸੋਸ਼ਲ ਡਿਸਟੈਂਸਿੰਗ, ਬਾਕੀ ਮੈਂ ਤਾਂ ਆਪਦੇ ਵੱਲੋਂ ਕਰ ਰਿਹਾ ਸੀ ਟਰਾਈ, ਬਾਕੀ ਦਾ ਮੈਨੂੰ ਪਤਾ ਨਹੀਂ, ਮੈਂ ਤਾਂ ਸਾਈਡ ਤੇ ਸੀਗਾ, ਜੇ ਲੋਕ ਕੋਲ ਆ ਜਾਂਦੇ ਸੀ ਤਾਂ ਉਹ 'ਚ ਮੇਰਾ ਕਸੂਰ ਨਹੀਂ ਨਾ ਹੈਗਾ। ਅੱਛਾ, ਠੀਕ ਆ, ਦੱਸ ਦੱਸ ਨਾ ਯਾ ਦੱਸ ਨਾ ਬੈਡ, ਐਟਲੀਸਟ ਯੂ ਟ੍ਰਾਈਡ ਇਟ, ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਟ੍ਰਾਈ ਕੀਤਾ। ਐਂਡ ਆਫ ਕੋਰਸ ਟੈਲ ਅਸ ਅ ਬਿਟ ਮੋਰ ਅਬਾਊਟ, ਯੂ ਨੋ, ਕਿ ਕੀ ਚੱਲ ਰਿਹਾ ਸੀਗਾ ਲੋਕਡਾਊਨ ਦੇ ਵਿੱਚ। ਸੁਣ ਚਾਇਆ ਕਿ ਤੁਸੀਂ ਐਲਬਮ ਦੀ ਤਿਆਰੀ ਕਰ ਰਹੇ ਆ? ਹਾਂਜੀ ਹਾਂਜੀ, ਐਲਬਮ ਦੀ ਤਿਆਰੀ ਤਾਂ ਬਹੁਤ ਟਾਈਮ ਤੋਂ ਹੋ ਰਹੀ ਹੈ, ਪਰ ਅਸੀਂ ਡਿਸਾਈਡ ਨਹੀਂ ਕਰ ਪਾ ਰਹੇ ਕਿ ਕਦੋਂ ਛੱਡਣੀ ਆ, ਕਿਉਂਕਿ ਪਹਿਲਾਂ ਸੋਚਦੇ ਸੀ ਵੀ ਐਲਬਮ ਅਸੀਂ ਛੱਡਾਂਗੇ ਜਿੱਦਾਂ ਆਹ ਸਾਲ, ਪਰ ਹੁਣ ਇਹ ਤੋਂ ਅਗਲੇ ਸਾਲ ਤੇ ਹੋ ਗਿਆ ਵੀ ਅਗਲੇ ਸਾਲ ਛੱਡਾਂਗੇ ਯੂ ਨੋ, ਪਰ ਹੁਣ ਦੇਖਦੇ ਹਾਂ। ਐਲਬਮ ਲਈ ਗਾਣੇ ਤਾਂ ਪਏ ਆ ਜਿੱਦਾਂ ਰੈਡੀ, ਐਲਬਮ ਓਪਨਿੰਗ ਟਾਈਟਲ ਸੌਂਗ ਵੀ ਸਾਡੇ ਕੋਲ ਪਿਆ ਵੀ ਕਿਹੜਾ ਹੋਣਾ ਚਾਹੀਦਾ ਕਿੱਦਾਂ ਨਹੀਂ, ਪਰ ਫਿਰ ਵੀ ਯੂ ਨੋ ਲਾਈਕ ਐਵਰੀ ਡੇ ਜਦੋਂ ਕੁਛ ਵੀ ਹੁੰਦਾ ਤਾਂ ਰੋਜ਼ ਨਵੇਂ ਗਾਣੇ ਬਣਦੇ ਰਹਿੰਦੇ ਆ, ਸੋ ਪੁਰਾਣੇ ਗਾਣੇ ਆ ਜਿਹੜੇ ਉਹ ਅਸੀਂ ਭੁੱਲਦੇ ਜਾਂਦੇ ਹਾਂ, ਪਰ ਹੁਣ ਜਿੱਦਾਂ ਕੋਸ਼ਿਸ਼ ਆ ਵੀ ਜਿਹੜੇ ਗਾਣੇ ਉਦੋਂ ਹੀ ਬਣਾਇਆ ਕਰੀਏ ਜਦੋਂ ਛੱਡਣੇ ਹੁੰਦੇ ਆ। ਯਾ, ਸੋ ਹੁਣ ਸ਼ਾਇਦ ਅਗਲੇ ਸਾਲ ਜਦੋਂ ਇੰਡੀਆ ਦਾ ਟੂਰ ਹੋਊਗਾ, ਮੈਂ ਸੋਚਦਾ ਸੀ ਵੀ ਇੰਡੀਆ ਜਾ ਕੇ ਆਪਣੇ ਪੰਜਾਬ ਜਾ ਕੇ ਐਲਬਮ ਜਿਹੜੀ ਛੱਡੀ ਜਾਵੇ, ਮੈਂ ਇੱਥੋਂ ਬਹਿ ਕੇ ਨਹੀਂ ਛੱਡਣੀ ਚਾਹੁੰਦਾ, ਸੋ ਕਿਉਂਕਿ ਨਾਲ ਦੀ ਨਾਲ ਸ਼ੋਜ਼ ਹੋਣਗੇ, ਸੋ ਸ਼ੋਜ਼ ਤੇ ਪ੍ਰਮੋਸ਼ਨ ਵਗੈਰਾ ਸਾਰਾ ਕੁਝ ਕਰਨਾ ਈਜ਼ੀ ਹੋ ਜਾਂਦਾ ਰਾਈਟ, ਸੋ ਐਲਬਮ ਅਗਲੇ ਸਾਲ। ਹਾਂਜੀ, ਮੈਨੂੰ ਤੁਸੀਂ ਥੋੜੇ ਜਿਹਾ ਨਰਵਸ ਲੱਗ ਰਹੇ ਹੋ, ਤੁਸੀਂ ਥੋੜਾ ਨਰਵਸ ਹੋ? ਮੈਂ ਯੂਜ਼ਲੀ ਨਰਵਸ ਹੋ ਜਾਂਦਾ ਜੀ ਇੰਟਰਵਿਊਜ਼ ਦੇਣ ਲਈ, ਕਿਉਂਕਿ ਆਈ ਐਕਚੁਅਲੀ ਸਕ ਐਟ ਟਾਕਿੰਗ, ਸੋ ਓਕੇ, ਵੈਲ ਅਸੀਂ ਤੁਹਾਨੂੰ ਹਾਂਜੀ ਨਰਵਸ ਹਾਂਜੀ, ਹੀ ਰੱਖਾਂਗੇ ਥੋੜਾ ਜਿਹਾ, ਬਟ ਕੋਈ ਵਿਦ ਚੱਕਰ ਦ ਨਹੀਂ। ਕੁਐਸਚਨਸ ਵੀ ਆਸਕ। ਆਫ ਕੋਰਸ ਤੁਸੀਂ ਇੰਡੀਆ ਦਾ ਟੂਰ ਮੈਂਸ਼ਨ ਕੀਤਾ, ਤੁਸੀਂ ਇੰਡੀਆ ਜਾ ਕੇ ਆਏ ਆ, ਬਹੁਤ ਵੱਡਾ ਟੂਰ ਰਿਹਾ ਆ ਤੁਹਾਡਾ, ਯੂਵ ਡਨ ਸੋ ਮੈਨੀ ਸ਼ੋਜ਼, ਆਈ ਥਿੰਕ ਆਲਮੋਸਟ 100 ਸ਼ੋਜ਼ ਯੂ ਵੇ ਹਿਟਿੰਗ, ਕਿਵੇਂ ਦਾ ਰਿਹਾ ਇੰਡੀਆ? ਯੂ ਲਾਈਕ ਇੰਡੀਆ ਅ ਲੋਟ, ਯੂ ਸੀਮ ਲਾਈਕ ਯੂ ਵਰ ਵੈਰੀ ਹਾਂਜੀ ਹਾਂਜੀ ਹਾਂਜੀ, ਸੈਟਲਡ ਉੱਥੋਂ ਸੋ ਉੱਥੋਂ ਹੀ ਆਇਆ ਨਾ, ਸੋ ਆਬਵੀਅਸਲੀ ਪੰਜਾਬ ਨਾਲ ਤਾਂ ਪਿਆਰ ਹੈਗਾ ਹੀ ਆ, ਪਰ ਇਸ ਵਾਰ ਪੰਜਾਬ 'ਚੋਂ ਪਿਆਰ ਤਾਂ ਚਲੋ ਮਿਲਿਆ ਹੀ ਮਿਲਿਆ, ਉੱਥੇ ਜੰਮੇ ਪਲੇ ਹਾਂ, ਪਰ ਦਿੱਲੀ ਹਿਮਾਚਲ ਜਿੱਥੇ ਮੈਂ ਐਕਸਪੈਕਟ ਵੀ ਨਹੀਂ ਸੀ ਕੀਤਾ, ਲਾਈਕ ਮੈਨੂੰ, ਮੈਂ ਨਾ ਤੁਹਾਨੂੰ ਗੱਲ ਸੁਣਾਉਣਾ, ਮੈਂ ਚੱਲਿਆ ਸੀਗਾ ਕਿਉਂਕਿ ਮੇਰਾ ਪਹਿਲਾ ਸ਼ੋਅ ਸੀਗਾ ਦਿੱਲੀ, ਹੈ ਨਾ ਇਸ ਵਾਰ, ਤੇ ਮੈਂ ਚੱਲਿਆ ਜਦੋਂ ਦਿੱਲੀ ਪਹਿਲਾ ਸ਼ੋਅ ਸੀਗਾ, ਮੈਂ ਜਾ ਰਿਹਾ ਗੱਡੀ 'ਚ, ਤੇ ਮੈਂ ਆਪਣੇ ਨਾਲ ਦੇ ਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਪੁੱਛੀ ਪ੍ਰਮੋਟਰ ਤੋਂ ਜਿਹਨੇ ਸ਼ੋਅ ਕਰਾਇਆ ਵੀ 300-400 ਬੰਦਾ ਹੋ ਜਾਊਗਾ,
ਵੀ ਲਾਈਕ ਸਵਾਤਾ ਹੋਵੇ ਦੋ ਕੜੀ, ਵੀ ਇੱਥੇ ਆਪਾਂ ਨੂੰ ਕਿਹਨੇ ਸੁਣਨਾ ਦਿੱਲੀ ਦੇ ਵਿੱਚ, ਮੈਨੂੰ ਪਤਾ ਨਹੀਂ ਸੀ ਵੀ ਇੱਥੇ ਵੀ ਗਾਣੇ ਗੁਣੇ ਚੱਲਦੇ ਆ ਰਾਈਟ ਆਪਣੇ। ਸੋ ਜੋ ਵੀ ਆ ਉਹ ਕਹਿੰਦਾ ਵੀ ਬ੍ਰੋ, ਜਦੋਂ ਮੈਂ ਉਹਨੂੰ ਕਿਹਾ ਕਹਿੰਦਾ ਬ੍ਰੋ ਕੀ ਗੱਲਾਂ ਕਰੀ ਜਾਂਦੇ ਹੋ, 300-400 ਬੰਦਾ, ਕਹਿੰਦਾ ਤੁਸੀਂ ਆ ਜਾਓ ਆ ਕੇ ਦੇਖਿਓ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉੱਥੇ ਐਕਚੁਅਲੀ ਦਿੱਲੀ ਦੀ ਆਡੀਅੰਸ ਵੱਲੋਂ ਮੈਂ ਐਕਸਪੈਕਟ ਨਹੀਂ ਸੀ ਕੀਤਾ ਇੰਨਾ ਜ਼ਿਆਦਾ ਵਧੀਆ ਰਿਸਪੋਂਸ ਮਿਲਿਆ ਰਾਈ। ਜਿੱਦਾਂ ਉੱਥੇ ਮੇਰੇ ਖਿਆਲ 'ਚ ਪਤਾ ਨਹੀਂ ਹਨੀ ਕਿੰਨੇ ਦੀ ਕਪੈਸਿਟੀ ਸੀ, 1500 ਬੰਦੇ ਦੀ ਕਪੈਸਿਟੀ ਸੀਗੀ ਅਤੇ ਅੰਦਰ 2300 ਲੋਕ ਸੀਗੇ ਉੱਥੇ। ਸੋ ਜਦੋਂ ਮੈਂ ਗਿਆ ਤਾਂ ਅੰਦਰ ਦੀ ਨਿਕਲਣ ਦੀ ਵੀ ਜਿੱਦਾਂ ਜਗ੍ਹਾ ਨਹੀਂ ਸੀਗੀ, ਰਾਹ ਨਹੀਂ ਸੀਗਾ, ਬਹੁਤ ਔਖਾ ਨਿਕਲੇ, ਪਰ ਇਟ ਵਾਸ ਗੁੱਡ ਮੈਨ, ਗੁੱਡ ਟੂ ਸੀ ਦਿੱਲੀ 'ਚ ਤੋਂ ਵੀ ਆਪਣੇ ਬੈਸਟ ਇੰਨੇ ਸ਼ੋਅ ਤੁਹਾਡਾ ਪੰਜਾਬੀ ਕਿਹੜਾ ਬੰਦੇ ਰਿਹਾ ਆਪਣੇ। ਇਨ ਇੰਡੀਆ? ਬੈਸਟ ਸ਼ੋਅ ਕਹਿਣਾ ਔਖਾ, ਮੈਂ ਕਈ ਸੀਗੇ ਜਿੱਦਾਂ, ਪਰ ਜਿਨ੍ਹਾਂ 'ਚ ਪਰਫੋਰਮ ਕਰਕੇ ਮੈਨੂੰ ਜ਼ਿਆਦਾ ਵਧੀਆ ਲੱਗਿਆ ਸੀਗਾ, ਇੱਕ ਤਾਂ 2 ਤਰੀਕ ਨੂੰ ਸੀਗਾ ਬਾਬਾ ਫਰੀਦ ਕਾਲਜ ਬਠਿੰਡਾ, ਉੱਥੇ ਕਾਫੀ ਜ਼ਿਆਦਾ ਕਰਾਊਡ ਸੀਗਾ, ਤੇ ਇੱਕ ਹਿਮਾਚਲ ਪਰਫੋਰਮ ਕਰਕੇ ਬਹੁਤ ਵਧੀਆ ਲੱਗਿਆ। ਓਬਵੀਅਸਲੀ ਦਿੱਲੀ ਵੀ ਵਧੀਆ ਲੱਗਿਆ, ਪਰ ਦਿੱਲੀ ਜਿੱਦਾਂ ਸੀਗੇ ਕਲੱਬ ਸ਼ੋਅ ਸੀਗੇ, ਹਿਮਾਚਲ ਤੇ ਬਠਿੰਡਾ ਤੇ ਆਪਣੇ ਲੁਧਿਆਣਾ ਵਗੈਰਾ, ਇੱਥੇ ਚੰਡੀਗੜ੍ਹ, ਇੱਥੇ ਸੀਗੇ ਲਾਈਵ ਸ਼ੋਅਜ਼। ਸੋ ਇੱਥੇ ਜ਼ਿਆਦਾ ਵਧੀਆ ਲੱਗਿਆ। ਕਰਨ, ਤੁਸੀਂ ਤਾਂ ਹੁਣ ਇੰਡਸਟਰੀ ਦੇ ਵਿੱਚ ਆਈ ਥਿੰਕ ਹੈਸ ਬੀਨ ਅ ਮੁੱਖ ਗੁੱਡ ਕੀ ਗੱਲ ਫੋਰ ਲੱਗੀ ਇਅਰਸ ਸੋ ਪੁੱਛੋ। 4 years, I think ਵਧੀਆ 4 ਸਾਲ ਹੋ ਗਏ ਤੁਹਾਨੂੰ ਇੰਡਸਟਰੀ ਦੇ ਵਿੱਚ, ਹਾਂਜੀ ਹਾਂਜੀ, ਤੁਹਾਡਾ ਨਾਮ ਬਣਾਏ ਨੂੰ। ਤੁਹਾਡੇ ਲਈ ਆਡੀਅੰਸ ਮੈਟਰ ਕਰਦੀ ਹੈ ਕਿ ਆਡੀਅੰਸ ਦੀ ਕੈਪੈਸਿਟੀ ਕਿੱਦਾਂ ਦੀ ਹੈ, ਜਾਂ ਫਿਰ ਆਡੀਅੰਸ ਇਨ ਇਟਸੈਲਫ ਕਿ ਜਿੱਦਾਂ ਯੂ ਨੋ ਆਡੀਅੰਸ ਕਿੰਨੀ ਲਾਊਡ ਆ, ਜਾਂ ਫਿਰ ਥੋੜੀ ਆਡੀਅੰਸ ਹੀ ਬਹੁਤ ਕਈ ਵਾਰ ਇਨਵਾਇਰਨਮੈਂਟ ਵਧੀਆ ਬਣਾ ਦਿੰਦੀ ਹੈ, ਵਾਈਬ ਵਧੀਆ ਕ੍ਰੀਏਟ ਹੋ ਜਾਂਦੀ ਆ? ਐਕਚੁਅਲੀ ਇਟ ਡਿਪੈਂਡਸ ਮੈਨ, ਓਬਵੀਅਸਲੀ ਕਿਹੜਾ ਆਰਟਿਸਟ ਨਹੀਂ ਚਾਹੁੰਦਾ ਵੀ ਆਡੀਅੰਸ ਜ਼ਿਆਦਾ ਹੋਵੇ ਰਾਈਟ, ਕੌਣ ਨਹੀਂ ਚਾਹੁੰਦਾ ਵੀ ਜਿੱਦਾਂ ਕਪੈਸਿਟੀ ਜਿੱਦਾਂ ਜੋ ਵੀ ਆ ਵੀ ਜ਼ਿਆਦਾ ਲੋਕ ਆਉਣ ਮੈਨੂੰ ਦੇਖਣ, ਪਰ ਮੀ ਪਰਸਨਲੀ ਆਈ ਡੋਨਟ ਮਾਈਂਡ ਕੁਛ ਵੀ, ਮੈਨੂੰ ਇੱਦਾਂ ਹੁੰਦਾ ਵੀ ਚਾਹੇ 10 ਲੋਕ ਹੋਣ, ਬਸ ਸਵਾਦ ਲੈਣ ਆਏ ਹੋਣ, ਹਨਾ ਵਧੀਆ ਸੁਣਨ ਆਏ ਹੋਣ, ਤੁਹਾਨੂੰ ਇੱਦਾਂ ਨਾ ਹੋਵੇ ਵੀ ਮੂਹਰੋਂ ਇੱਕ ਕਹੀ ਜਾਵੇ ਉਹ ਉੱਤਰੇ ਥੋਤਰ ਯੂ ਨੋ। ਸੋ ਵਧੀਆ ਹੋਣ, ਵਧੀਆ ਹੋਵੇ ਆਡੀਅੰਸ, ਸੋ ਇਟ ਡਜ਼ਨਟ ਮੈਟਰ ਵੀ 10,000 ਬੰਦਾ ਕਿ 10 ਬੰਦੇ ਆ, ਯਾਰ ਉਹਨੂੰ ਦੇਖਿਆ। ਐਂਡ ਸ਼ੋਆਂ ਦੇ ਉੱਤੇ ਤੁਹਾਨੂੰ ਕਾਫੀ ਇਦਾਂ ਦੇ ਫੈਨਸ ਵੀ ਮਿਲੇ ਨੇ ਜਿਨ੍ਹਾਂ ਦੇ ਜਿੱਦਾਂ ਯੂ ਨੋ ਹੱਥਾਂ ਤੇ ਤੁਹਾਡੇ ਟੈਟੂਜ਼ ਬਣਾਏ ਹੁੰਦੇ, ਤੁਹਾਡਾ ਫੇਸ ਵੀ ਬਣਾਇਆ ਹੁੰਦਾ ਆ, ਵਾਟ ਡੂ ਯੂ ਹੈਵ ਟੂ ਸੇ ਅਬਾਊਟ ਦੈਟ? ਉਸ ਖਾਨਾ ਸ਼ਾਕਿੰਗ ਮੈਨ, ਮੈਂ ਦੇਖਿਆ ਜਦੋਂ, ਮੈਂ ਨਹੀਂ ਸੀ ਸੋਚਿਆ ਵੀ ਇਦਾਂ ਕਦੇ ਵੀ ਹੋਊਗਾ ਲਾਈਕ ਮੇਰੀ ਲਾਈਫ ਚ, ਪਰ ਇੱਕ ਇੱਕ ਸਾਈਡ ਤੇ ਵਧੀਆ ਵੀ ਲੱਗਦਾ, ਇੱਕ ਸਾਈਡ ਤੇ ਇਦਾਂ ਵੀ ਲੱਗਦਾ, ਕਿਉਂਕਿ ਮੈਂ ਉਹ ਸਾਰੇ ਲੋਕਾਂ ਨੂੰ ਪਰਸਨਲੀ ਮਿਲਿਆ ਸੀ ਜਿਨ੍ਹਾਂ ਨੇ ਟੈਟੂ ਬਣਾਏ ਮੇਰੇ ਨਾਮ ਦੇ, ਅੱਧਿਆਂ ਨੂੰ ਨਹੀਂ ਮਿਲ ਹੋਇਆ, ਪਰ ਜਿਨ੍ਹਾਂ ਨੂੰ ਮਿਲ ਸਕਿਆ, ਜਿਹੜੇ ਆਏ ਚੰਡੀਗੜ੍ਹ ਉਹਨਾਂ ਨੂੰ ਮੈਂ ਮਿਲਿਆ, ਜ਼ਰੂਰ ਮਿਲਿਆ, ਉਹਨਾਂ ਬੈਠਿਆ ਵੀ, ਹੈਨਾ, ਤੇ ਆਈ ਡੋਨਟ ਨੋ ਮੈਨ, ਮੈਨੂੰ ਪਤਾ ਨਹੀਂ, ਮੈਨੂੰ ਰਿਐਕਸ਼ਨ ਨਹੀਂ ਪਤਾ ਲੱਗਿਆ ਮੈਂ ਕਿੱਦਾਂ ਰਿਐਕਟ ਕਰਾਂ, ਹੈਨਾ, ਇਟਸ ਕਾਈਂਡ ਓਵਰਵੈਲਮਿੰਗ ਰਾਈਟ। ਮੈਨੂੰ ਵਧੀਆ ਵੀ ਲੱਗਿਆ, ਪਰ ਮੈਨੂੰ ਵਧੀਆ ਵੀ ਨਹੀਂ ਲੱਗਿਆ, ਮੈਂ ਮੁੰਡੇ ਨੂੰ ਕਿਹਾ ਸੀ, ਮੈਂ ਕਿਹਾ ਆਪਣੇ ਬੇਬੇ ਬਾਪੂ ਦਾ ਟੈਟੂ ਬਣਾਈ, ਤੇ ਐਕਚੁਲੀ ਜਿਹੜੇ ਮੁੰਡੇ ਨੇ ਨਿਊ ਈਅਰ ਸ਼ੋਅ ਤੇ ਮੇਰੇ ਕੋਲ ਆਇਆ ਸੀ, ਉਹ ਵੀ ਕਹਿੰਦਾ, ਕਹਿੰਦਾ ਭਾਜੀ ਮੇਰੇ ਮੇਰੇ ਵੀ ਮੋਮ ਡੈਡ ਹੈ ਨਹੀਂ ਕਿ, ਕਹਿੰਦਾ ਕਹਿੰਦਾ ਅਗਲਾ ਮੈਂ ਉਹਨਾਂ ਦਾ ਬਣਾਉਣਾ। ਉਹ ਐਕਚੁਲੀ ਨਾ ਮੁੰਡਾ ਆਪਣਾ ਕਿੱਥੇ ਕੰਮ ਕਰਦਾ ਸੀ, ਨਹੀਂ ਉਹ ਮੰਡੀ 'ਚ ਕੰਮ ਕਰਦਾ ਸੀ, ਉਹ ਮੁੰਡਾ ਜਿੱਦਾਂ ਤਹਿਸੀਲਦਾਰ ਸੀਗਾ ਆਈ ਥਿੰਕ ਰਾਈ। ਸੋ ਉਹਦੀ ਜਿੰਨੀ ਕੁ ਤਨਖਾਹ ਹੁੰਦੀ ਉਹਨੇ 2-3 ਮਹੀਨੇ ਤਨਖਾਹ ਲਾ ਕੇ ਟੈਟੂ ਬਣਵਾ ਲਿਆ ਰਾਈ, ਤੇ ਕਹਿੰਦਾ ਬ੍ਰੋ ਹੁਣ ਅਗਲਾ ਮੈਂ ਬੇਬੇ ਬਾਪੂ ਦਾ ਬਣਾਊਂਗਾ, ਕਹਿੰਦਾ ਮੈਂ ਪੈਸੇ ਜੋੜਨੇ ਆ। ਪਰ ਇੱਦਾਂ ਦੇ ਬੰਦੇ ਨੂੰ ਮਿਲ ਕੇ ਜਿੱਦਾਂ ਵਧੀਆ ਲੱਗਦਾ ਇੱਕ ਤਰ੍ਹਾਂ ਦਾ, ਲਾਈਕ ਜਿੱਦਾਂ ਅਸੀਂ ਕਿੱਥੋਂ ਸ਼ੁਰੂ ਕੀਤਾ ਤੇ ਉਹ ਬੰਦੇ ਜਿੱਦਾਂ ਓਬਵੀਅਸਲੀ ਉਹਦੀ ਬਾਡੀ ਤੇ ਮੈਂ ਫੋਰਐਵਰ ਰਹਿਣਾ ਹੈ। ਸੋ ਵੱਡੀ ਗੱਲ ਆ, ਪਰ ਮੈਂ ਇਹੀ ਕਹਿਣਾ ਚਾਹੂੰਗਾ ਜੇ ਹੁਣ ਵੀ ਕੋਈ ਦੇਖ ਰਿਹਾ, ਜੇ ਕੋਈ ਸੋਚ ਰਿਹਾ ਮੇਰਾ ਨਾਮ ਬਣਾਉਣ ਨੂੰ ਜਾਂ ਮੇਰਾ ਫੇਸ ਬਣਾਉਣ ਨੂੰ ਆਪਣੀ ਬਾਡੀ ਦੇ ਉੱਤੇ, ਤਾਂ ਰਹਿਣ ਦਿਓ ਬਾਈ, ਤੁਸੀਂ ਉੱਦਾਂ ਹੀ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ ਵੀ ਬਾਈ ਤੁਹਾਡੇ ਗਾਣੇ ਵਧੀਆ ਲੱਗਦੇ ਜਾਂ ਕੁਛ ਵੀ, ਉਹੀ ਸਾਡੇ ਲਈ ਬਹੁਤ ਹੋਊਗਾ। ਏਦਾਂ ਏਡਾ ਕੋਈ ਚੱਕਰ ਨਹੀਂ ਹੈਗਾ ਟੈਟੂ ਕੋਲ। ਸੋ ਕਾਈਂਡ ਆਫ ਕੈਰੀਇੰਗ ਔਨ ਫਰਮ ਦੈਟ, ਕਾਫੀ ਜਾਣੇ ਤੁਹਾਨੂੰ ਉਸਤਾਦ ਵੀ ਮੰਨਦੇ ਨੇ, ਕਾਫੀ ਫੈਨ ਪੇਜਸ ਬਣੇ ਹੋਏ ਆ, ਮੈਂ ਆਪਣੀ ਰਿਸਰਚ ਕਰਕੇ ਆਈ ਆ, ਉਸਤਾਦ ਦਾ ਮਤਲਬ ਬਦਲ ਗਿਆ ਆ, ਉਸਤਾਦ ਤਾਂ ਵੈਸੇ ਉਹ ਹੁੰਦੇ ਨੇ ਜਿਹੜੇ ਕੁਝ ਸਿਖਾਉਂਦੇ ਨੇ, ਤੁਹਾਨੂੰ ਲੱਗਦਾ ਤੁਸੀਂ ਕੁਝ ਸਿਖਾਉਂਦੇ ਆ? ਮੈਂ ਤਾਂ ਕੀ ਸਿਖਾਉਣਾ ਜੀ, ਆਪਾਂ ਤਾਂ ਗਾਣੇ ਗੁਣੇ ਕਰਨਾ। ਮੈਂ ਅੱਜ ਕੱਲ ਨਾ ਕੀ ਚੱਕਰ ਚੱਲ ਗਿਆ, ਹੁਣ ਜਿਹੜਾ ਉਸਤਾਦ ਵਰਡ ਹੈ ਇਹਨਾਂ ਦੇ ਮਤਲਬ ਬਹੁਤ ਘੱਟ ਲੋਕਾਂ ਨੂੰ ਪਤਾ, ਉਸਤਾਦ ਬਾਬਾ ਇਹ ਹੁਣ ਸਲੈਂਗ ਬਣ ਗਈ ਆਪਣੇ ਪੰਜਾਬ ਚ, ਹੈਨਾ, ਸਾਰੇ ਲਾਈਕ ਹੁਣ ਕੂਲ ਜਿੱਦਾਂ ਪਤਾ ਨੀ ਬਣਨ ਦੀ ਟਰਾਈ ਕਰਦੇ ਆ ਲੋਕ, ਪਤਾ ਨੀ ਕੀ, ਪਰ ਉਸਤਾਦ ਵਰਡ ਬਹੁਤ ਵੱਡਾ ਵਰਡ ਹੁੰਦਾ ਜੀ। ਉਸਤਾਦ ਤੁਸੀਂ ਐ ਵੀ ਨੀ ਕਿਸੇ ਨੂੰ ਕਹਿ ਸਕਦੇ, ਉਸਤਾਦ ਉਹੀ ਬੰਦਾ ਹੁੰਦਾ ਜਿਹਦੇ 'ਚ ਕੋਈ ਗੁਣ ਹੁੰਦਾ। ਚੱਲ ਗੁਣ ਸਾਡੇ 'ਚ ਵੀ ਹੈਗਾ, ਪਰ ਹੁਣ ਮੇਰੇ ਜਿਹੜਾ ਗੁਣ ਲਿਖਣ ਦਾ, ਮੈਂ ਕਿਸੇ ਨੂੰ ਦੇ ਲਿਖਣਾ ਸਿਖਾ ਨਹੀਂ ਸਕਦਾ ਰਾਈਟ, ਉਹ ਨੈਚੁਰਲੀ ਆਇਆ ਹੁਣ ਉੱਪਰੋਂ ਆ ਰਾਈਟ। ਪਰ ਮੇਰੇ ਹਿਸਾਬ ਨਾਲ ਉਸਤਾਦ ਵਰਡ ਕਾਫੀ ਵੱਡਾ ਵਰਡ ਆ, ਮੈਨੂੰ ਤਾਂ ਨਾ ਕਿਹਾ ਕਰੋ ਵੀਰੇ, ਜਿਹੜੇ ਵੀ ਕਹਿੰਦੇ ਵੀ ਉਸਤਾਦ, ਆਪਾਂ ਨੂੰ ਤਾਂ ਮੇਰਾ ਤਾਂ ਨਾਮ ਲੈ ਕੇ ਸੱਦ ਲਿਆ ਕਰਨ, ਉਹੀ ਬਹੁਤ ਹੈ ਜੀ। ਓਕੇ, ਸੋ ਕਰਨ ਤੁਸੀਂ ਸਾਡੇ ਲਈ ਕੋਈ ਗਾਣਾ ਤਾਂ ਜ਼ਰੂਰ ਗਾਈ ਸਕਦੇ ਆ, ਬਿਕਾਜ਼ ਵੀ ਕਾਂਟ ਲੈਟ ਯੂ ਨੋ ਸਿੰਗ। ਗਾਣਾ? ਹਾਂਜੀ ਹਾਂਜੀ, ਗਾਣਾ ਗਾਣੇ ਤਾਂ ਤੁਸੀਂ YouTube ਤੇ ਸੁਣ ਲਓਗੇ, ਮੈਂ ਨਾ ਰਾਤ ਨਹੀਂ ਨਹੀਂ ਅਸੀਂ ਤਾਂ ਲਾਈਵ ਸੁਣਨਾ, ਸਾਨੂੰ ਪਤਾ ਹੀ ਨਹੀਂ, ਮੈਂ ਗੱਲ ਸੁਣ ਦੱਸਦਾ, ਸਕਦੇ ਆ ਤੁਹਾਨੂੰ ਗੱਲ ਦੱਸਦਾ, ਮੈਂ ਰਾਤ ਜਦੋਂ
ਮੈਨੂੰ ਪਤਾ ਲੱਗਿਆ ਸੀ ਵੀ ਇਹਦੇ ਇਦਾਂ ਦੇ ਇੰਨੇ ਟਾਈਮ 'ਚ ਮੈਂ ਇੰਟਰਵਿਊ ਤੇ ਆਉਣਾ, ਮੈਂ ਕੁਛ ਲਿਖਿਆ ਸੀਗਾ, ਸੋ ਮੈਂ ਸੋਚਿਆ ਮੈਂ ਕਿਹਾ ਚਲੋ ਮੈਂ ਲਾਈਵ 'ਤੇ ਸੁਣਾਊਂਗਾ ਸ਼ੇਅਰ ਟਾਈਪ ਫੀਲਿੰਗ। ਪਰ ਉਹ ਤੋਂ ਪਹਿਲਾਂ ਮੈਂ ਕੁਛ ਲਿਖਿਆ ਸੀ ਆਪਣੇ, ਜਿੱਦਾਂ ਤੁਹਾਨੂੰ ਪਤਾ ਅੱਜ June 2 ਹੈ ਨਾ, 1 June ਤੋਂ 8 June ਤੱਕ ਆਪਣੇ 84 ਦੇ ਵਿੱਚ ਬਹੁਤ ਮਾੜਾ ਹੋਇਆ ਸੀਗਾ ਘੱਲੂਘਾਰਾ। ਸੋ ਉਹ ਚੀਜ਼ ਓਬਵੀਅਸਲੀ ਸਾਰੇ ਨੂੰ ਆਪਣੇ ਨੂੰ ਆਪਾਂ ਨੂੰ ਯਾਦ ਹੀ, ਆਪਣੇ ਪੰਜਾਬ 'ਚ ਵੀ ਜੋ ਵੀ ਆਪਣੇ ਨਾਲ ਜੋ ਵੀ ਕੁਛ ਹੋਇਆ ਹੈ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਉਹ ਆਪਾਂ ਨੂੰ ਅੱਜ ਵੀ ਯਾਦ ਹੈ, ਆਲਵੇਜ਼ ਯਾਦ ਰਹੂਗੀ। ਜੇ ਮੈਂ ਉਹਦੇ ਬਾਰੇ ਲਿਖਣ ਲੱਗਾ ਤਾਂ ਸ਼ਾਇਦ ਡੈਰੀ ਮੁੱਕ ਜਾਵੇ, ਪਰ ਉਹ ਅਲਫਾਜ਼ ਨਾ ਮੁੱਕਣ ਹੈ ਨਾ ਜੋ ਵੀ ਹੈਗਾ। ਪਰ ਮੈਂ 4-5 ਲਾਈਨਾਂ 'ਚ ਲਿਖਣ ਦੀ ਟਰਾਈ ਕੀਤੀ ਸੀਗੀ ਸ਼ਾਇਦ। ਇੱਕ ਮਿੰਟ ਮੈਂ ਤੁਹਾਨੂੰ, ਹਾਂਜੀ ਹਾਂਜੀ ਫੋਨ ਦੇ ਆਊਗਾ। ਓਕੇ, ਸੋ ਇਟ ਵਾਸ ਲਾਈਕ 7-8 ਲਾਈਨਾਂ 'ਚ ਬਿਆਨ ਕਰਨ ਦੀ ਟਰਾਈ ਕੀਤੀ ਸੀ 84 ਨੂੰ, ਪਰ ਕਹਿੰਦਾ ਕਿਵੇਂ ਭੁੱਲ ਜੀਏ 84, ਕਿਵੇਂ ਭੁੱਲ ਜੀਏ 84, ਇਹਨਾਂ ਦੇ ਪਾਏ ਕਹਿਰ ਕਿਵੇਂ ਭੁੱਲ ਜੀਏ, ਕਿਵੇਂ ਭੁੱਲ ਜੀਏ 84, ਗਲਾਂ 'ਚ ਪਾਏ ਟਾਇਰ ਕਿਵੇਂ ਭੁੱਲ ਜੀਏ। ਕਹਿੰਦਾ ਕਿਵੇਂ ਭੁੱਲ ਜੀਏ 84, ਵਗਿਆ ਪਸੀਨਾ ਕਿਵੇਂ ਭੁੱਲ ਜੀਏ, ਤੇ ਕਿਵੇਂ ਭੁੱਲ ਜੀਏ 84, ਇਹ ਜੂਨ ਦਾ ਮਹੀਨਾ ਕਿਵੇਂ ਭੁੱਲ ਜੀਏ, ਕਿਵੇਂ ਭੁੱਲ ਜੀਏ 84, ਉਹ ਵਕਤ ਕਿਵੇਂ ਭੁੱਲ ਜੀਏ, ਕਿਵੇਂ ਭੁੱਲ ਜੀਏ 84, ਸਾਡਾ ਅਕਾਲ ਤਖਤ ਕਿਵੇਂ ਭੁੱਲ ਜੀਏ, ਕਿਵੇਂ ਭੁੱਲ ਜੀਏ 84, ਦੁੱਖ ਲਏ ਕਿਵੇਂ ਭੁੱਲ ਜੀਏ, ਤੇ ਕਿਵੇਂ ਭੁੱਲ ਜੀਏ 84, ਜਿਹੜੇ ਗਏ ਕਿਵੇਂ ਭੁੱਲ ਜੀਏ, ਜਿਹੜੇ ਗਏ ਕਿਵੇਂ ਭੁੱਲ ਜੀਏ। ਸੋ ਬਹੁਤ ਮਾੜਾ ਹੋਇਆ ਸੀਗਾ 84 'ਚ ਜੋ ਵੀ ਹੋਇਆ। ਮੈਂ ਤਾਂ ਚਲੋ ਉਦੋਂ ਆਪਣਾ ਤਾਂ ਆਪਾਂ ਤਾਂ ਬੋਰਨ ਵੀ ਨਹੀਂ ਸੀ ਹੋਏ, ਪਰ ਜਦੋਂ ਮੇਰੇ ਦਾਦੇ ਹੋਣੀ ਮੇਰੇ ਡੈਡੀ ਹੋਣੀ ਸਾਰੇ ਦੱਸਦੇ ਰਹੇ ਵੀ ਕਿੱਦਾਂ ਦੇ ਹਾਲਾਤ ਸੀਗੇ, ਕਿੱਦਾਂ ਦੇ ਨਹੀਂ ਸੀਗੇ, ਸੋ ਸੋਚ ਕੇ ਬਹੁਤ ਜਿੱਦਾਂ ਮਨ ਪਰੇਸ਼ਾਨ ਹੋ ਜਾਂਦਾ ਹਨਾ, ਵੀ ਕਿੱਦਾਂ ਜੇ ਅਸੀਂ ਉਹ ਟਾਈਮ 'ਚ ਹੁੰਦੇ ਜਾਂ ਅਸੀਂ ਉਹ ਟਾਈਮ 'ਚ ਉੱਥੇ ਹੁੰਦੇ ਤਾਂ ਅਸੀਂ ਕਿੱਦਾਂ ਕਿੱਦਾਂ ਹੋਣਾ ਸੀ, ਬਚਣਾ ਵੀ ਸੀ ਜਾਂ ਨਹੀਂ ਬਚਣਾ ਸੀ, ਕੀ ਹੋਣਾ ਸੀ। ਸੋ ਆਪਣੇ ਜਿਹੜੇ ਗਦਰੀ ਬਾਬੇ ਨੇ ਉਹਨਾਂ ਸਾਰਿਆਂ ਨੇ ਮੈਂ ਮੋਢੇ ਤੇ ਵੀ ਬਣਾਇਆ ਹੋਇਆ, ਊਧਮ ਸਿੰਘ ਦੀ ਫੋਟੋ, ਭਗਤ ਸਿੰਘ ਦੀ, ਕਰਤਾਰ ਸਿੰਘ ਸਰਾਭਾ ਜੀ ਦੀ ਰਹਿ ਗਈ, ਉਹ ਵੀ ਮੈਂ ਅਗਲੀ ਵਾਰੀ ਬਣਾਊਂਗਾ। ਸੋ ਇਹ ਚੀਜ਼ਾਂ ਬਾਰੇ ਮੈਂ ਕਦੇ ਖੁੱਲ ਕੇ ਬੋਲਦਾ ਨਹੀਂ ਹੁੰਦਾ, ਪਰ ਓਬਵੀਅਸਲੀ ਹਰੇਕ ਬੰਦੇ ਦੇ, ਹਰੇਕ ਪੰਜਾਬੀ ਦੇ ਦਿਲ 'ਚ ਇਹ ਚੀਜ਼ਾਂ ਹੈਗੀਆਂ ਨੇ, ਤੇ ਇੱਕ ਨਾ ਇੱਕ ਤਰ੍ਹਾਂ ਦੇ ਆਪਣੇ ਪੰਜਾਬੀ ਲੋਕ ਨਾ ਬਹੁਤ ਇਮੋਸ਼ਨਲ ਨੇ, ਹਰੇਕ ਬੰਦੇ ਦੇ ਝਾਂਸਿਆਂ 'ਚ ਫਸ ਜਾਂਦੇ ਆ, ਕਿਤੇ ਵੀ ਨੇ ਪੰਜਾਬੀ ਲੋਕ, ਚਾਹੇ ਦੁਨੀਆਂ 'ਚ ਕਿਤੇ ਵੀ ਨੇ। ਸੋ ਮੈਨੂੰ ਇਹ ਗੱਲ ਜ਼ਰੂਰ ਹੁੰਦੀ ਹੈ ਵੀ ਹਰੇਕ ਬੰਦੇ ਦੇ ਦਿਲ 'ਚ ਇਹ ਚੀਜ਼ ਜ਼ਰੂਰ ਹੋਊਗੀ, ਚਾਹੇ ਕੋਈ ਬੰਦਾ ਪੱਥਰ ਦੇ ਲਾ ਕੁਛ ਵੀ ਆ, ਉਹ ਬੰਦਾ ਇੱਕ ਨਾ ਇੱਕ ਵਾਰੀ ਯਾਦ ਕਰਕੇ ਇਸ ਚੀਜ਼ ਨੂੰ ਰੋਂਦਾ ਜ਼ਰੂਰ ਹੈ ਵੀ ਇਹ ਕੁਛ ਵੀ ਆਪਣੀ ਕੌਮ ਦੇ ਨਾਲ ਹੋਇਆ। ਰਾਈਟ, ਸੋ ਬਹੁਤ ਮਾੜੀ ਗੱਲ, ਸੈਡ ਜ਼ਰੂਰ, ਆਪਣੀ ਕੌਮ ਦਲੇਰ ਵੀ ਬਹੁਤ ਜਿਹੜੀ ਆ ਕੁਛ ਹੈਗੀ ਹੈ ਨਾ, ਜੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਸਹਿਣਾ ਹੁੰਦਾ। ਇਟਸ ਵੈਰੀ ਨਾਈਸ ਜੀ ਤੁਸੀਂ ਜੋ ਲਿਖਿਆ ਹੈ, ਬਹੁਤ ਨਾਈਸ ਹੈ। ਬਹੁਤ ਘੱਟ ਹੁੰਦੇ ਨੇ ਜਿਹੜੇ ਆਪਣੇ ਜਜ਼ਬਾਤ ਇੰਨੀ ਵਧੀਆ ਤਰੀਕੇ ਦੇ ਨਾਲ ਪੋਟਰੀ ਕਰ ਸਕਦੇ ਨੇ। ਸੋ ਇਟਸ ਵੈਰੀ ਨਾਈਸ ਟੂ ਹੈਵ ਯੂ ਇਨ ਦੀ ਇੰਡਸਟਰੀ। ਮੈਂ ਤਾਂ ਹਮੇਸ਼ਾ ਕਹਿੰਦੀ ਰਹਿੰਦੀ ਹਾਂ ਕਿ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ। ਸੋ ਫੈਨ ਹੋਣ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਜਿਹੜੀ ਬਾਕੀ ਫੈਨਸ ਨੇ ਵੀ ਪੁੱਛੀ ਆ। ਸਾਨੂੰ ਨਾ 2 ਦਿਨਾਂ ਪਹਿਲਾਂ ਪਤਾ ਲੱਗਾ ਹੈ ਕਿ ਤੁਹਾਡਾ ਗਿੱਪੀ ਗਰੇਵਾਲ ਦੇ ਨਾਲ ਗੀਤ ਆ ਰਿਹਾ ਆ। ਹਾਂਜੀ ਹਾਂਜੀ, ਇਹ ਗੱਲ ਸੱਚ ਹੈ? ਬਹੁਤ ਸੱਚ ਹੈ ਜੀ, ਗੱਲ ਬਿਲਕੁਲ ਸੱਚ ਹੈ। 2 ਹਫ਼ਤੇ ਪਹਿਲਾਂ ਹੀ ਪਲਾਨ ਹੋਇਆ, ਬਾਈ ਹੁਣੀ ਮਿਲੇ ਸੀਗੇ ਇੱਥੇ ਆਪਣੇ ਸਰੀਓ, ਉਦੋਂ ਉਹਨਾਂ ਨੇ ਕਿਹਾ ਸੀ ਵੀ ਕੁਛ ਕਰਦੇ ਹਾਂ ਹਨਾ, ਮੂਵੀ ਮਾਵੀ ਦਾ ਪਲਾਨ ਵੀ ਹੋ ਰਿਹਾ ਸੀ, ਪਰ ਮੈਂ ਹਲੇ ਪਰਸਨਲੀ, ਮੈਨੂੰ ਲੱਗਦਾ ਮੈਂ ਮੂਵੀ ਲਈ ਰੈਡੀ ਨਹੀਂ ਹੈਗਾ। ਮੈਂ ਪ੍ਰੋਪਰ ਰੈਡੀ ਹੋ ਕੇ ਸਕ੍ਰਿਪਟਸ ਦੇ ਉੱਤੇ ਕੰਮ ਕਰ ਰਹੇ ਹਾਂ ਅਸੀਂ ਸਾਰਾ ਕੁਛ, ਸੋ ਉਦੋਂ ਕਰਾਂਗੇ। ਪਰ ਉਹ ਤੋਂ ਪਹਿਲਾਂ ਗਾਣੇ ਦਾ ਉਹਨਾਂ ਨੇ ਕਿਹਾ ਸੀਗਾ, ਕਾਫੀ ਟਾਈਮ ਹੋ ਗਿਆ ਸੀ, ਪਰ ਹੁਣ 2 ਹਫ਼ਤੇ ਪਹਿਲਾਂ ਗਾਣਾ ਫਾਈਨਲ ਕਰਕੇ ਵੋਕਲਸ ਕਰਕੇ ਤੇ ਉਹਨਾਂ ਦੀ ਵੀਡੀਓ ਹੋ ਗਈ, ਹੁਣ ਮੇਰੀ ਵੀਡੀਓ ਹੈ ਜੀ ਮੈਨੂੰ ਲੱਗਦਾ ਪਰਸੋਂ ਸੁੱਖ ਸਿੰਘ ਅੜੇ ਵੀਰ ਨਾਲ ਇੱਥੇ, ਤੇ ਛੇਤੀ ਦੇਖਣ ਨੂੰ ਮਿਲੂਗਾ ਤੁਹਾਨੂੰ ਸਾਰਿਆਂ ਨੂੰ ਗਾਣਾ ਗਿੱਪੀ ਗਰੇਵਾਲ ਕਰਨ ਔਜਲਾ, ਪ੍ਰੂਫ ਦਾ ਮਿਊਜ਼ਿਕ ਆ, ਰੋਬੀ ਸਿੰਘ ਤੇ ਸੁੱਖ ਸਿੰਘ ਅੜੇ ਬਾਈ ਦੀ ਵੀਡੀਓ ਆ। ਓਕੇ, ਦੈਟਸ ਵੈਰੀ ਨਾਈਸ। ਓਕੇ, ਹੁਣ ਥੋੜਾ ਲਾਈਟ ਸਾਈਡ ਤੇ ਜਾਣੇ ਆ, ਬਿਕਾਜ਼ ਆਈ ਥਿੰਕ ਤੁਸੀਂ ਸੀਰੀਅਸ ਜ਼ਿਆਦਾ ਹੋ ਗਏ, ਥੋੜਾ ਹੱਸ ਵੀ ਲੈਣਾ ਚਾਹੀਦਾ ਵੈਸੇ। ਮੈਂ ਸੀਰੀਅਸ ਹੀ ਰਹਿਣਾ ਜ਼ਿਆਦਾ। ਸਾਨੂੰ ਕਾਫੀ ਫੈਨਸ ਨੇ, ਕੁੜੀਆਂ ਫੈਨਸ ਨੇ ਸਾਨੂੰ ਬੜੇ ਮੈਸੇਜ ਕੀਤੇ ਕਿ ਕਰਨ ਔਜਲਾ ਸਾਨੂੰ ਬੜਾ ਗੁੱਡ ਲੁਕਿੰਗ ਲੱਗਦਾ ਆ। ਨਹੀਂ, ਵੈਸੇ ਤੁਹਾਨੂੰ ਮੈਸੇਜ ਆਉਂਦੇ, ਤੁਹਾਨੂੰ ਵੀ ਪਤਾ ਹੋਣਾ ਕਿ ਤੁਹਾਨੂੰ ਮੈਸੇਜ ਆਉਂਦੇ ਨੇ। ਤੁਹਾਨੂੰ ਖੁਦ ਨੂੰ ਕਿੰਨਾ ਟਾਈਮ ਲੱਗ ਜਾਂਦਾ ਸਵੇਰ ਨੂੰ ਸ਼ੀਸ਼ੇ ਮੂੰਹ ਕਿੰਨਾ ਦੇਖਦੇ ਆ ਤੁਸੀਂ, ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ? 10:15 ਹੋ ਗਏ ਮੈਨੂੰ, 9:30 ਤੇ ਉਠਾਇਆ ਸੀ ਮਨਦੀਪ ਨੇ, 9:40 ਤੇ ਮੈਂ ਨਹਾਉਣ ਲੱਗਿਆ ਤੇ 9:55 ਦੇ ਬਾਹਰ ਆ ਗਿਆ ਸੀ। ਸੋ ਆਪੇ ਗਿਣ ਲਓ ਵੀ 15 ਮਿੰਟਾਂ 'ਚ ਸਵੇਰ ਨੂੰ ਉੱਠ ਕੇ, ਸਭ ਤੋਂ 15 ਮਿੰਟਾਂ ਦਾ ਕਮਾਲ ਹੈ ਜੀ। ਅੱਛਾ, ਸੋ ਦੈਟ ਮੀਨਸ ਯੂ ਅਗਰੀ ਕਿ ਤੁਸੀਂ ਗੁੱਡ ਲੁਕਿੰਗ ਹੈਗੇ ਆ? ਨਹੀਂ ਨਹੀਂ, ਮੈਂ ਕਿੱਥੇ ਜੀ, ਮੂੰਹ ਦਾ ਦੇਖੋ ਮੇਰਾ, ਸਵੇਰ ਨੂੰ ਫੀਲਿੰਗ ਤਾਂ ਆਉਂਦੀ ਹੋਣੀ ਆ ਨਾ ਸ਼ੀਸ਼ੇ 'ਚ ਮੂੰਹ ਤੇ। ਗੁੱਡ ਲੁਕਿੰਗ ਬੰਦਾ, ਹੁਣ ਮੈਂ ਫੇਰ ਉਹੀ ਰਾਈਟਰ ਵਾਲੀ ਉਧਰ ਆ ਜਾਂਦਾ ਵੀ ਗੁੱਡ ਲੁਕਿੰਗ ਬੰਦਾ ਥੋੜੀ ਹੁੰਦਾ, ਗੁੱਡ ਲੁਕਿੰਗ ਦਾ ਬੰਦੇ ਦੇ ਜਿੱਦਾਂ ਵੀ ਜੋ ਬੰਦੇ ਦੇ ਖਿਆਲਾਤ ਹੁੰਦੇ ਆ ਉਹ ਹੁੰਦੇ ਆ, ਬੰਦਾ ਦਾ ਕੌਣ ਹੁੰਦਾ ਗੁੱਡ ਲੁਕਿੰਗ ਹੋਣ ਵਾਲਾ? ਇਹ ਤਾਂ ਵੈਸੇ ਸਾਰੇ ਹੀ ਕਹਿ ਦਿੰਦੇ ਨੇ, ਹੁਣ ਅਸੀਂ ਇਹ ਵੀ ਲੈ ਲੈਂਦੇ ਆ ਤੁਹਾਡਾ ਆਨਸਰ।
ਆਲਸੋ ਜੇ ਤੁਸੀਂ ਸਵੇਰ ਨੂੰ ਜਦ ਤੁਸੀਂ ਸਵੇਰ ਨੂੰ ਉੱਠਦੇ ਆ ਸਭ ਤੋਂ ਪਹਿਲੀ ਚੀਜ਼ ਤੁਸੀਂ ਕੀ ਕਰਦੇ ਆ ਉੱਠ ਕੇ? ਬ੍ਰਸ਼ ਕਰਨਾ ਜੀ। ਵੀ ਨਿਊ ਯੂ ਵਰ ਗੋਇੰ ਟੂ ਸੇ ਦ ਆਨਸਰ। ਤੁਸੀਂ ਕੁਐਸਚਨ ਬਹੁਤ ਘੈਂਟ ਪੁੱਛਦੇ ਹੋ ਬ੍ਰਿਟਿਸ਼ ਨਹੀਂ ਯਾਰ। ਵੈਸੇ ਫੋਨ ਫਾਲ ਜਿਹਦਾ ਬ੍ਰਿਟਿਸ਼ ਵਾਲੇ ਪੁੱਛਦੇ ਨੇ, ਅਸੀਂ ਥੋੜਾ ਯੂਨੀਕ ਸਟਾਈਲ ਕਰਦੇ ਆ ਨਾ ਇੰਟਰਵਿਊ, ਬਿਲਕੁਲ ਤੇ ਬਿਲਕੁਲ, ਨਹੀਂ ਮੈਂ ਕੁਝ ਫੋਨ ਕਰਦੀ ਫਾਲ ਨਹੀਂ। ਯੂਜ਼ ਕਰਦੇ ਆ ਤੁਸੀਂ? ਹਾਂਜੀ ਹਾਂਜੀ, ਫੋਨ ਯੂਜ਼ ਕਰਦਾ ਮੈਂ, ਬੰਦਾ ਹੀ ਆ, ਨਹੀਂ ਫੋਨ ਯੂਜ਼ ਕਰੀ। ਹਾਂਜੀ ਹਾਂਜੀ ਨਹੀਂ ਸਵੇਰ ਨੂੰ ਫੋਨ, ਉੱਠ ਕੇ ਸਭ ਤੋਂ ਪਹਿਲੀ ਐਪ ਕਿਹੜੀ ਖੋਲਦੇ ਆ ਤੁਸੀਂ? ਮੈਂ ਐਕਚੁਅਲੀ ਆਪਣੀ ਈਮੇਲ ਖੋਲਦਾ ਹੁੰਦਾ ਵੀ ਕੋਈ ਬੀਟ ਬੂਟ ਭੇਜੀ ਕਿਸੇ ਨੇ, ਕੋਈ ਅੱਛਾ ਗਾਣਾ ਗੁਣਾ ਲਿਖੀ, ਉਹ ਤੋਂ ਠੀਕ ਬਾਅਦ ਹੈ। ਇੰਸਟਾਗ੍ਰਾਮ। ਦਿਨ 'ਚ ਕਿੰਨੇ ਕੁ ਮੈਸੇਜ ਆ ਜਾਂਦੇ ਆ ਤੁਹਾਨੂੰ ਫਿਰ ਵੀ? ਕਾਹਦੇ ਤੇ, ਇੰਸਟਾਗ੍ਰਾਮ ਤੇ ਕਿ ਉਦਾਂ ਮੇਰੇ ਨਹੀਂ ਫੋਨ ਤੇ? ਵੈਸੇ ਜਨਰਲੀ ਤੁਹਾਨੂੰ ਕਿੰਨਾ ਕੁ ਤੁਹਾਡਾ ਫੋਨ ਪੌਪ ਅਪ ਕਰਦਾ ਹੈ? ਨਹੀਂ ਦੇਖੋ, ਜਿਹੜਾ ਮੇਰਾ ਨੰਬਰ ਆ ਉਹਦਾ ਹੈਗਾ ਜਿੱਦਾਂ 40-50 ਜਾਣੇ ਕੋਲ ਹੀ ਆ, ਸੋ ਵਾਲਿਆਂ ਨੂੰ ਮੈਂ ਜਿਹਨਾਂ ਫੋਨ ਚੱਕਣਾ ਨਹੀਂ ਹੁੰਦਾ, ਮੈਂ ਅੱਗੇ ਵੀ ਦੱਸਿਆ ਸੀ ਇੰਟਰਵਿਊ 'ਚ ਵੀ, ਉਹਨਾਂ ਨੂੰ ਮੈਂ ਨੰਬਰ ਹੀ ਨਹੀਂ ਦਿੰਦਾ। ਇਹਦਾ ਮਤਲਬ ਇਹ ਨਹੀਂ ਵੀ ਮੈਂ ਬਹੁਤ ਫੋਕਰਾਂ ਜਾਂ ਕੁਛ ਵੀ, ਇਟਸ ਜਸਟ ਲਾਈਕ ਮੈਨੂੰ ਲਾਰੇ ਲਾਉਣ ਦੀ ਆਦਤ ਨਹੀਂ ਹੈਗੀ ਵੀ ਹਾਂ ਬਾਈ ਤੇਰੇ ਨਾਲ ਗੱਲ ਕਰਨਾ ਉਹਦੇ ਨਾਲ ਕਰਨਾ, ਸੋ ਯੂਜਲੀ। ਐਂਡ ਮੈਂ ਮੈਸੇਜ ਰਿਪਲਾਈ ਕਰਨ 'ਤੇ ਵੀ ਕਾਫੀ ਜ਼ਿਆਦਾ ਬੈਡ ਹਾਂ, ਜਿਹਦੇ ਨਾਲ ਮੇਰੇ ਕਈ ਯਾਰ ਦੋਸਤ ਵੀ ਗੁੱਸੇ ਰਹਿੰਦੇ ਵੀ ਤੂੰ ਮੈਸੇਜ ਨਹੀਂ ਕਰਦਾ ਨਹੀਂ ਕਰਦਾ। ਮੈਨੂੰ ਐਕਚੁਅਲੀ ਟਾਈਪ ਟੂਪ ਕਰਨਾ ਜਾਂ ਬਹੁਤ ਔਖਾ ਲੱਗਦਾ, ਅਨਲੈਸ ਉਹ ਆਪਣੇ ਨੋਟਪੈਡ 'ਤੇ ਹੋਵੇ, ਹੈ ਨਾ। ਸੋ ਯਾ ਬਸ ਆਹੀ ਮੈਸੇਜ ਹੁਣ ਪਤਾ ਨਹੀਂ ਗਿਣੇ ਨਹੀਂ ਜੀ, ਇੰਸਟਾਗ੍ਰਾਮ ਤੇ ਕਾਫੀ ਆਏ ਰਹਿੰਦੇ ਆ, ਉਦਾਂ ਫੋਨ ਤੇ ਤਾਂ 5-7 ਹੀ ਹੁੰਦੇ ਆ, ਕਰਦਿਆਂ ਗੁਰਦਿਆਂ ਦੀ ਬਸ। If you woke up in the morning as the following people, what is the first thing you would do? Main thodi naam lavangi. Okay. Diplomatic answer na diyo. Theek hai. If you woke up as Diljit Dosanjh, what is the first thing you would do in the morning? I don't know, man. Diljit Dosanjh. Time a pug. Okay. Maybe. Yeah. If you woke up as a T-Series owner, what would you do? Yeah. Call Karnoj and be like, yo, trying to spend like $100,000 on your video, bro. If you woke up as Sandeep Perhan, what would you do? Still call Karnoj. Let's work on something. Yeah. If you woke up as Amrinder Gill. Yeah. What would you do? Okay. ਯਾਰ ਹੁਣ ਮੈਨੂੰ ਕੀ ਪਤਾ ਯਾਰ, ਤੁਸੀਂ ਕੁਐਸਚਨ ਬਹੁਤ ਵਧੀਆ ਲੈ ਕੇ ਆਏ। ਅਮਰਿੰਦਰ ਗਿੱਲ ਬਾਈ ਯਾਰ ਮੈਨੂੰ ਬਹੁਤ ਕਹਿਣ ਲੱਗਦਾ ਉਹਦਾ, ਸੋਰੀ ਮੈਂ ਤੁਹਾਡੀ ਗੱਲ ਕੱਟਣਾ, ਮਿਲੇ ਸੀਗੇ ਅਸੀਂ ਇੱਥੇ ਇੱਥੇ ਰਹਿੰਦੇ ਨਾ, ਸੋ ਜੇ ਉਹ ਉੱਠੇ ਮੈਂ ਲੱਗਦਾ ਪਤਾ ਨਹੀਂ ਬਾਈ ਯਾਰ, ਬਹੁਤ ਨਰਮ ਸੁਭਾਅ ਦਾ ਬੰਦਾ ਯਾਰ, ਕਾਫੀ ਕਿਸੇ ਨੂੰ ਕੁਛ ਨਹੀਂ ਕਹਿੰਦਾ, ਸੋ ਮੈਨੂੰ ਤਾਂ ਐਂ ਲੱਗਦਾ ਜੇ ਮੈਂ ਉੱਠਿਆ ਅਮਰਿੰਦਰ ਗਿੱਲ ਬਣ ਕੇ ਤਾਂ ਮੈਂ ਕੁਛ ਬੋਲੂੰਗਾ ਹੀ ਨਹੀਂ ਸਾਰਾ ਦਿਨ, ਬਿਕਾਜ਼ ਹੀ ਐਕਚੁਅਲੀ ਡਸਨਟ ਟਾਕ, ਵਨ ਹੀ ਡਸਨਟ ਨੋ ਪੀਪਲ ਹੀ ਇਜ਼ ਅਰਾਊਂਡ ਪੀਪਲ ਹੀ ਡਸਨਟ ਟਾਕ, ਕੁਛ ਨਹੀਂ ਬੋਲਦਾ ਬਾਈ। ਇਹ ਗੱਲ ਸੱਚ ਹੈ ਕਿ ਤੁਹਾਡੀ ਕੋਲੈਬੋਰੇਸ਼ਨ ਆ ਰਹੀ ਹੈ? ਤੁਸੀਂ ਵੀ ਪਾਇਆ ਸੀਗਾ ਕਿ ਤੁਹਾਡੀ ਕੋਲੈਬੋਰੇਸ਼ਨ ਆ ਰਹੀ ਆ ਅਮਰਿੰਦਰ ਗਿੱਲ ਬਾਈ ਨਾ? ਹਾਂਜੀ ਹਾਂਜੀ, ਗੱਲ ਕਰ ਰਹੇ ਆ, ਗਾਣਾ ਨਹੀਂ ਹੋਊਗਾ ਸ਼ਾਇਦ, ਮੂਵੀ ਵਗੈਰਾ ਤੇ ਕੰਮ ਕਰ ਰਹੇ ਆ, ਉਹਨਾਂ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਦਾ, ਸੋ ਲੈਟਸ ਸੀ, ਉਹੀ ਸਕ੍ਰਿਪਟਸ ਤੇ ਕੰਮ ਚੱਲ ਰਿਹਾ, ਦੇਖਦੇ ਆ ਕੀ ਹੁੰਦਾ। ਕਰਨ, ਵਾਟ ਹੈਸ ਬੀਨ ਯੂ ਲਾਈਕ ਮੋਸਟ ਲਾਈਕ ਇੰਬੈਰੈਸਿੰਗ ਮੋਮੈਂਟ? ਜਿੱਦਾਂ ਸਭ ਤੋਂ ਇੰਬੈਰੈਸਿੰਗ ਮੋਮੈਂਟ ਸੋ ਫਾਰ ਤੁਹਾਡੀ ਆਰਟਿਸਟ ਲਾਈਫ ਦੇ ਵਿੱਚ, ਸਭ ਤੋਂ ਇੰਬੈਰੈਸਿੰਗ ਮੋਮੈਂਟ ਕਿਹੜਾ ਰਿਹਾ ਆ? ਟੂ ਬੀ ਆਨਸਟ ਕਾਫੀ ਰਹੇ ਨੇ ਮਾਨ, ਪਰ ਮੈਂ ਕਿਹੜਾ ਯਾਦ ਕਰਾਂ, ਟਾਈਮ ਲੱਗਣਾ। ਇੱਕ ਤਾਂ ਹੁੰਦਾ ਨਾ ਜਿਹੜਾ ਕੁਝ ਹੋਇਆ ਯਾਰ, ਕਾਫੀ ਕੁਝ ਹੋਇਆ ਯਾਰ, ਸਾਡੇ ਨਾਲ ਤਾਂ ਐਵਰੀ ਡੇ ਇੰਬੈਰੈਸਿੰਗ ਹੀ ਹੁੰਦਾ। ਸੋਚ ਕੇ ਮੈਨੂੰ ਤਾਂ ਯਾਦ ਆ, ਮੈਂ ਕਰੀ ਇੰਡੀਆ ਸੀਗਾ, ਆਪਣੇ ਸ਼ੋਅ ਲਾਈ ਜਾਂਦੇ ਸੀ ਸਾਹਨੇਆਲ ਦੇ ਪਿੰਡ ਕੋਲ, ਤੇ ਮੈਂ ਲਾਈਵ ਸ਼ੋਅ ਲਾਈ ਜਾਂਦਾ ਉਸ ਸੀਗਾ, ਜਿੱਦਾਂ ਇਸ ਟਾਈਮ ਟਰਾਈ ਕੀਤਾ ਸੀ ਵੀ ਸਾਰੇ ਕਿਤੇ ਹੀ ਸ਼ੋਅ ਲੱਗਣ, ਹੈ ਨਾ। ਸੋ ਪਿੰਡ ਸੀਗਾ ਟੂਰਨਾਮੈਂਟ ਕਬੱਡੀ ਦਾ, ਸਾਡੇ ਯਾਰ ਮਿੱਤਰਾਂ ਨੇ ਕਰਾਇਆ ਸੀਗਾ, ਉੱਥੇ ਸੀ ਗਏ, ਐਂਡ ਯੂ ਨੋ ਹਾਊ ਇਟ ਇਜ਼, ਸਾਰੇ ਆਪਣੇ ਲੋਕ ਜਿੱਦਾਂ ਯਾਰ ਬੇਲੀ ਓਬਵੀਅਸਲੀ ਜਿਹਨਾਂ ਨੇ ਕਰਾਇਆ ਹੁੰਦਾ ਉਹਨਾਂ ਨੂੰ ਚਾਅ ਹੁੰਦਾ, ਹੈ ਨਾ। ਮੈਂ ਜਦੋਂ ਗਾ ਰਿਹਾ ਸੀ ਸਾਰੇ ਸਟੇਜ ਤੇ ਆ ਗਏ, ਜਿੱਦਾਂ ਸਟੇਜ ਤੇ ਹੋ ਗਏ ਮੈਨੂੰ ਲੱਗਦਾ 60-70 ਬੰਦੇ, ਹੈ ਨਾ। ਤੇ ਮੈਨੂੰ ਸਟੇਜ ਦੀ ਕਪੈਸਿਟੀ ਸੀਗੀ ਮੇਰਾ 15-20 ਬੰਦਿਆਂ ਵਾਲੀ, ਹੈ ਨਾ। ਤੇ ਮੈਨੂੰ ਹਲੇ ਵੀ ਯਾਦ ਆ, ਮੈਂ ਜਦੋਂ ਪਿੱਛੇ ਮੁੜ ਕੇ ਦੇਖਿਆ ਇਟਸ ਲਾਈਕ ਪੀਪਲ ਐਵਰੀਵੇਅਰ, ਹੈ ਨਾ। ਤੇ ਮੈਂ ਸਾਰਿਆਂ ਨੂੰ ਕਹਿ ਰਿਹਾ ਬਾਈ ਥੱਲੇ ਚਲੇ ਜਾਓ, ਥੱਲੇ ਜਾਓ, ਕੋਈ ਸੁਣਦਾ ਤਾਂ ਹੁੰਦਾ ਨੀ, ਹੈ ਨਾ। ਓਬਵੀਅਸਲੀ ਸਾਰਿਆਂ 'ਚ ਮੈਂ ਕਿਸੇ ਨੂੰ ਮਾੜਾ ਨਹੀਂ ਕਹੂੰਗਾ, ਉੱਥੇ ਸਾਰਿਆਂ ਨੂੰ ਚਾਅ ਹੁੰਦਾ ਨਾ, ਸਾਰੇ ਉੱਪਰ ਹੁੰਦੇ ਆ, ਸੋ ਆਈ ਡੋਨਟ ਨੋ ਇਫ ਇਟ ਵਾਸ ਐਂਬੈਰੈਸਿੰਗ ਔਰ ਵਾਟ, ਪਰ ਜਦੋਂ ਮੈਂ ਪਿੱਛੇ ਮੁੜਿਆ, ਮੈਂ ਉਹਨੇ, ਹੈ ਨਾ, ਬੀਟ ਬੂਟ ਲਾਈ ਐਨ ਪੂਰਾ ਢੋਲ ਢੂਲ ਖੜ ਕੇ, ਢੋਲ ਖੜ ਕੇ ਮੇਰੇ 'ਚ ਵੀ ਜੋਸ਼ ਆ ਗਿਆ, ਮੈਂ ਭੰਗੜਾ ਪਾਉਣ ਲੱਗਿਆ ਨਾ, ਸਟੇਜ ਮੇਰੇ ਖਿਆਲ 1-1.5 ਫੁੱਟ ਥੱਲੇ ਚਲੇ ਗਿਆ, ਤੇ ਮੂਹਰੇ ਮੰਡੀਰ ਨੇ ਗਾਹ ਪਾ ਦਾ, ਉਹ ਬਾਈ ਦੇਖੀ ਵੀਰੇ ਕੀ ਹੋ ਗਿਆ, ਹੈ ਨਾ। ਤੇ ਆਈ ਥਿੰਕ ਉਹ ਕਾਫੀ ਅੰਬੈਰੇਸਿੰਗ ਹੀ ਸੀਗਾ, ਪਰ ਫਿਰ ਵੀ ਸਵਾਦ ਲਿਆ ਸੀ, ਉਹ 1.5 ਫੁੱਟ ਜੋ ਸਟੇਜ ਥੱਲੇ ਹੋ ਗਿਆ,
ਉਹਨੇ ਸਾਂਭ ਸੂਂਭ ਲਿਆ ਕਿਸੇ ਤਰ੍ਹਾਂ, ਪਰ ਉਹ ਪੂਰਾ ਡਿੱਗਿਆ ਨਹੀਂ ਹੈਗਾ, ਕਿਸੇ ਨੂੰ ਜ਼ਿਆਦਾ ਪਤਾ ਵੀ ਨਹੀਂ ਲੱਗਿਆ, ਪਰ ਮੈਨੂੰ ਇੱਦਾਂ ਹੀ, ਮੈਂ ਕਿਹਾ ਲੈ ਬਈ ਗਏ ਅੱਜ ਤਾਂ ਕੁੜਤੇ ਕੁੜਤੇ ਪਾੜਨਗੇ ਇੱਥੇ। ਰਾਈਟ ਰਾਈਟ ਯੈਸ ਐਂਡ ਕਰੰਟਲੀ ਤੁਸੀਂ ਨਾ ਬੜੇ ਗੀਤ ਕੱਢ ਰਹੇ ਹੋ, ਚਿੱਟਾ ਕੁੜਤਾ, ਝਾਂਜਰਾ, ਆਲ ਆਫ ਦੈਟ, ਵਾਟਸ ਯੋਰ ਓਬਸੈਸ਼ਨ ਵਿਦ ਝਾਂਜਰਾ? ਝਾਂਜਰਾ ਮੈਨੂੰ ਉਦਾਂ ਹੀ ਦੇਖਣ ਨੂੰ ਸੋਹਣੀਆਂ ਲੱਗਦੀਆਂ ਯਾਰ, ਵਧੀਆ ਚੀਜ਼ ਆ ਇੱਦਾਂ ਝਾਂਜਰਾ, What kind of ਵਧੀਆ answer ਲੱਗਦੀ is that? ਵਧੀਆ ਲੱਗਦੀਆਂ ਮੈਨੂੰ। ਹੁਣ ਮੈਂ ਕੀ ਕਹਾਂ, ਸੱਚੀ ਵਧੀਆ ਲੱਗਦੀਆਂ ਨੇ ਝਾਂਜਰਾ, ਵਧੀਆ ਚੀਜ਼ ਜਿਹੜੇ ਵੀ ਜੌਹਰੀ ਨੇ ਬਣਾਈਆਂ ਹੋਈਆਂ, ਜਿਹਨੂੰ ਆਪਾਂ ਜੂਲਰ ਕਹਿ ਦਿੰਦੇ ਹਾਂ, Yes. ਉਹਨੇ ਘੈਂਟ ਚੀਜ਼ ਬਣਾਈ ਆ, ਉਹ ਵੀ ਉਹ ਬੰਦੇ ਦੀ ਆਪਣੀ ਕਲਾਕਾਰੀ ਹੋ ਆ, ਉਹਨੇ ਕਿਸੇ ਚੀਜ਼ ਦੇ ਘੁੰਗਰੂ ਲਾ ਕੇ ਉਹਨੂੰ ਪੈਰ 'ਚ ਪਾ ਦਿੱਤਾ ਤੇ ਉਹ ਮੈਂ ਤਾਂ ਛਣਕਦੀ ਰਹਿੰਦੀ ਆ। ਇਹ ਤਾਂ ਪੁੱਛਿਆ ਨਹੀਂ ਕਿ ਝਾਂਜਰ ਕਿੱਦਾਂ ਬਣਦੀ ਜਾਂ ਕਿਉਂ ਬਣਾਈ ਜਾਂਦੀ ਜਾਂ ਕਿਉਂ ਸੋਹਣੀ ਲੱਗਦੀ ਆ, ਮੈਂ ਤਾਂ ਇਹ ਪੁੱਛਿਆ ਕਿ ਤੁਸੀਂ ਕਿਉਂ ਲਿਖਦੇ ਆ ਝਾਂਜਰਾਂ ਬਾਰੇ, ਕੀ ਹੈ ਓਬਸੈਸ਼ਨ? ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਆ ਜੱਟ ਦੀਆਂ ਦਿੱਤੀਆਂ ਬਣਾ ਕੇ ਝਾਂਜਰਾਂ? ਮੈਂ ਕਿਸੇ ਆਪਣੇ ਯਾਰ ਬੇਲੀ ਦੀ ਦਰਦ ਕਹਾਣੀ ਲਿਖੀ ਸੀ, ਉਹਦੇ ਨਾਲ ਹੋਇਆ ਸੀਗਾ ਇੱਦਾਂ। ਸੋ ਬਾਕੀ ਤਾਂ ਇੱਕ ਮੈਂ ਵੀ ਲਿਖਿਆ ਸੀ ਵੀ ਗੱਡੀ ਦੇ ਪਾਉਂਦਾ ਰਹਿਣਾ ਰਿਮ ਵੇ ਮੇਰੇ ਪਵਾ ਦੇ ਕਦੇ ਝਾਂਜਰਾਂ। ਸੋ ਝਾਂਜਰਾਂ ਇੱਕ ਇਹੋ ਜਿਹੀ ਚੀਜ਼ ਆ ਵੀ ਲੋਕ ਲਾਈਕ ਆਪਣੇ ਜਿਹੜੇ ਕਪਲਸ ਹੁੰਦੇ ਆ ਗਿਫਟ ਗੁਫਟ 'ਚ ਦਿੰਦੇ ਹੀ ਰਹਿੰਦੇ ਆ ਜਿਹੜੇ। ਸੋ ਮੇਰਾ, ਮੈਂ ਹੁਣ ਤੁਹਾਨੂੰ ਕੀ ਦੱਸਾਂ ਜੀ, ਮੇਰਾ ਮੇਰੀ ਟਰਾਈ ਰਹਿੰਦੀ ਆ ਵੀ ਜਿੱਦਾਂ ਕੁਛ ਰਿਲੇਟਿਵ ਚੀਜ਼ਾਂ ਦੇ ਉੱਤੇ ਲਿਖਿਆ ਜਾਵੇ। ਸੋ ਗਾਣਾ ਚੱਲਿਆ ਕਿ ਨਹੀਂ ਪਹਿਲਾਂ ਇਹ ਦੱਸੋ। ਨਹੀਂ, ਬਹੁਤ ਵਧੀਆ ਸੀਗਾ ਕੀਤਾ ਤੁਹਾਡਾ, ਬਹੁਤ ਬਸ 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 ਇਹ ਤੁਹਾਡੇ ਜਵਾਬ ਦਾ ਆਂਸਰ ਹੈ ਜੀ। ਦੈਟਸ ਨਾਈਸ। ਓਕੇ, ਸੋ ਵੈਸੇ ਤੁਸੀਂ ਅੱਜ ਕੱਲ ਕੁੜੀਆਂ ਤੇ ਆਲਵੇਸ ਤੁਸੀਂ ਸਟਾਰਟਿੰਗ ਤੋਂ ਹੀ ਯਾਰੀਆਂ ਚ ਪਿੱਕ ਤੂੰ ਪਵਾਉਂਦੀ ਰਹਿੰਦੀ ਸੀ, ਜਾਂ ਕੋਈ ਚੱਕਰ ਨਹੀਂ, ਕੁੜੀਆਂ ਦੀ ਲੋੜ ਨਹੀਂ ਮੈਨੂੰ, ਸਾਨੂੰ ਰਾਤਾਂ ਦਾ ਹਿਸਾਬ ਚਾਹੀਦਾ, ਇਹ ਕੁੜੀਆਂ ਦੇ ਪਿੱਛੇ ਕਿਉਂ ਪਏ ਆ ਤੁਸੀਂ? ਕੁੜੀਆਂ ਵੀ ਮੁੰਡਿਆਂ ਦੇ ਪਿੱਛੇ ਪਈਆਂ ਨੇ ਜੀ। ਹੁਣ ਮੈਂ ਨਹੀਂ, ਪਰ ਵੱਡਾ, ਕੀ ਕਿਹਨੇ ਦਿਲ ਤੋੜਤਾ ਸੀ ਤੁਹਾਡਾ ਜਦੋਂ ਪਹਿਲੀਆਂ ਦੇ ਵਿੱਚ ਜਿਹੜਾ ਤੁਸੀਂ ਮੇਰਾ ਮੁੰਡਾ? ਦਿਲ ਤਾਂ ਕਿਸੇ ਨਹੀਂ ਟੁੱਟਿਆ, ਮੇਰਾ ਤਾਂ ਨਹੀਂ ਦਿਲ ਟੁੱਟਿਆ, ਮੈਂ ਤਾਂ ਇਹੋ ਜਿਹੇ ਚੱਕਰ ਦੇ ਕਦੇ ਪਿਆ ਹੀ ਨਹੀਂ ਵੀ ਧੋਖਾ ਧਾਖਾ ਮਿਲਿਆ ਹੋਵੇ। ਪਰ ਹੁਣ ਮੈਂ ਯਾਰ ਆਲੇ ਦੁਆਲੇ ਜੋ ਸੁਣਦਾ ਰਿਹਾ ਨਾ, ਮੈਂ ਤਾਂ ਉਹੀ ਲਿਖਣਾ ਰਾਈਟ। ਹੁਣ ਮੇਰੇ ਕੋਈ ਕੁੜੀ ਤੇ ਨੇ ਤਾਂ ਅੱਜ ਤੱਕ ਕਿਹਾ ਨਹੀਂ ਵੀ ਆਹ ਮੁੰਡੇ ਨੇ ਮੇਰੇ ਨਾਲ ਇੱਦਾਂ ਕੀਤਾ, ਮੇਰੇ ਕੋਲ ਮੁੰਡਿਆਂ ਨੇ ਬਹੁਤ ਨੇ ਕਿਹਾ ਵੀ ਆਹ ਕੁੜੀ ਨੇ ਇੱਦਾਂ ਕੀਤਾ ਬਈ ਮੇਰੇ ਨਾਲ। ਸੋ ਮੈਂ ਲਿਖਦਾ ਹਾਂ ਨਾ ਹੁਣ, ਪਰ ਮੈਂ ਨਹੀਂ ਕਹਿੰਦਾ ਵੀ ਇਕੱਲੀਆਂ ਜਿੱਦਾਂ ਕੁੜੀਆਂ ਹੀ ਗਲਤ ਨੇ, ਮੁੰਡੇ ਵੀ ਬਹੁਤ ਗਲਤ ਹੁੰਦੇ ਆ, ਪਰ ਕੁੜੀਆਂ ਵੀ ਗਲਤ ਹੁੰਦੀਆਂ। ਪਰ ਹੁਣ ਆਈ ਡੋਨਟ ਨੋ, ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਹੈ ਨਾ, ਪਰ ਕਦੇ ਵੀ ਮੇਰੇ ਹਿਸਾਬ ਨਾਲ ਵੀ ਏਦਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਆਪਣੇ ਸੋਸਾਇਟੀ 'ਚ ਏਦਾਂ ਬਹੁਤ ਹੈ ਵੀ ਯਾਰ ਉਹ ਕੁੜੀ ਨੂੰ ਕੁਛ ਕਹਿਤਾ ਵੀ ਯਾਰ, ਵੀ ਇਹਦਾ ਮਤਲਬ ਇਹ ਆ ਤੁਸੀਂ ਕੁੜੀ ਨੂੰ ਵੀ ਮਾੜੀ ਮੰਨਦੇ ਹੋ। ਲਾਈਕ ਇਹ ਕੁੜੀ ਵੀ ਘੱਟ ਨਹੀਂ ਹੈਗੀ ਯਾਰ, ਕੁੜੀ ਵੀ ਉਹ ਵੀ ਇਨਸਾਨ ਹੈ, ਬੰਦਾ ਹੀ ਹੈ, ਵੀ ਉਹ ਵੀ ਕਰ ਸਕਦੀ ਆ ਰਾਈਟ, ਕੁਛ ਵੀ ਕਰ ਸਕਦੀ ਹੈ ਕੁੜੀ ਵੀ ਰਾਈਟ। ਸੋ ਏਡਾ ਕੋਈ ਚੱਕਰ ਨਹੀਂ, ਪਰ ਹਾਂ ਆਪਣਾ ਅਗਲਾ ਗਾਣਾ ਆ ਰਿਹਾ ਕੁੜੀ ਦੇ ਵੱਲੋਂ, ਬਹੁਤ ਛੇਤੀ ਗਾਣਾ ਆ ਰਿਹਾ, ਗਾਣੇ ਦਾ ਨਾਮ ਹੈ ਇੱਕ ਰਾਤ, ਮੈਂ ਇੱਥੇ ਦੱਸ ਦੇਣਾ ਚਾਹੁੰਦਾ, ਸ਼ਾਇਦ ਅਸੀਂ ਅਗਲਾ ਗਾਣਾ ਹੁਣ ਛੱਡਾਂਗੇ। ਸੋ ਉਹਦੇ 'ਚ ਕੁੜੀ ਵੱਲੋਂ ਮੁੰਡੇ ਨੂੰ ਕੋਸਿਆ ਗਿਆ ਜੀ ਬਹੁਤ ਜ਼ਿਆਦਾ। ਸੋ ਹੋਪਫੁਲੀ ਕੁੜੀਆਂ ਲਾਈਕ ਕਰਨਗੀਆਂ ਉਹ ਗਾਣਾ ਯਾਰ। ਕਈ ਗੀਤਾਂ ਦਾ ਨਾ ਮਤਲਬ ਬੜਾ ਚੇਂਜ ਕੀਤਾ ਜਾਂਦਾ ਹੈ, ਕਿ ਵਾ ਤੁਸੀਂ ਗੀਤ ਕਿਸੇ ਹੋਰ ਤਰੀਕੇ ਦੇ ਨਾਲ ਲਿਖਦੇ ਆ, ਉਹ ਸਮਝਾਇਆ ਜਾਂ ਲੋਕੀ ਸਮਝਦੇ ਥੋੜਾ ਵੱਖਰੇ ਤਰੀਕੇ ਦੇ ਨਾਲ ਆ, ਸ਼ਾਇਦ ਕਈ ਵਾਰ ਤੁਸੀਂ ਐਂਟਰਟੇਨਮੈਂਟ ਦੇ ਪੱਖੋਂ ਲਿਖਿਆ ਹੁੰਦਾ, ਉਹ ਕਈ ਵਾਰ ਐਕਸੈਪਟ ਨਹੀਂ ਕੀਤਾ ਜਾਂਦਾ ਐਂਟਰਟੇਨਮੈਂਟ ਪੱਖੋਂ। ਡੂ ਯੂ ਥਿੰਕ ਕਿ ਲਾਈਕ ਲਿਰਿਸਿਸਟ ਤੇ ਜਾਂ ਤੁਹਾਨੂੰ ਐਜ਼ ਅ ਲਿਰਿਸਿਸਟ ਐਜ਼ ਅ ਗੀਤਕਾਰ ਤੁਹਾਡੇ ਤੇ ਥੋੜਾ ਪ੍ਰੈਸ਼ਰ ਹੁੰਦਾ ਹੈ ਕਿ ਮੈਂ ਗੀਤ ਲਿਖਾਂ ਤਾਂ ਉਹ ਐਕਸੈਪਟ ਹੀ ਹੋਣਾ ਚਾਹੀਦਾ ਆ? ਬਿਲਕੁਲ, ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਸੀ, ਜਿੰਨੇ ਵੀ ਗੀਤਕਾਰ ਭਰਾ ਨੇ ਸਾਰਿਆਂ ਦੇ ਪ੍ਰੈਸ਼ਰ ਹੈ, ਕਿਉਂਕਿ ਹੁਣ ਬਹੁਤ ਚੇਂਜ ਹੋ ਗਿਆ ਮਾਹੌਲ ਹੈ ਨਾ, ਜਿੱਦਾਂ ਗੱਲ ਗੱਲ ਦੇ ਉੱਤੇ ਵਿਵਾਦ ਹੋਣੇ, ਗੱਲ ਗੱਲ ਦੇ ਉੱਤੇ ਸਾਰੇ ਗਾਣੇ ਚੋਂ ਇੱਕ ਲਾਈਨ ਕੱਢ ਕੇ ਉਹਦਾ ਚੱਕਰ ਚੱਲ ਜਾਣਾ, ਰਣਜੀਤ ਬਾਵੀ ਬਾਈ ਨਾਲ ਕੀ ਹੋਇਆ ਪਿੱਛੇ ਜੇ, ਹੈ ਨਾ। ਹੁਣ ਜਦੋਂ ਇਦਾਂ ਦੇ ਗਾਣੇ ਕੱਢਦੇ ਆ ਉਦੋਂ ਲੋਕ ਪਿੱਛੇ ਪੈ ਜਾਂਦੇ, ਚੰਗਾ ਕੰਮ ਕਿੱਥੋਂ ਕਰੀਏ ਸੀ ਤੁਸੀਂ ਸਾਨੂੰ ਦੱਸੋ, ਕਿੱਥੋਂ ਕਰੀਏ, ਚੰਗਾ ਕਰਦੇ ਆ ਤਾਂ ਵੀ ਨਹੀਂ ਲੋਕ ਜੀਣ ਦਿੰਦੇ ਹੈਗੇ, ਜੇ ਮਾੜਾ ਕਰਦੇ ਆ ਫਿਰ ਤਾਂ ਚਲੋ ਓਬਵੀਅਸਲੀ ਜੀਣੇ ਨਹੀਂ ਦੇਣਾ, ਹੈ ਨਾ। ਹੁਣ ਬਾਵੀ ਬਾਈ ਨਾਲ ਬਹੁਤ ਗਲਤ ਹੋਇਆ ਯਾਰ, ਉਹਨੇ ਨਾਲੇ ਕਹਿ ਦਿੰਦੇ ਫਰੀਡਮ ਆਫ ਸਪੀਚ ਹੈ ਜੀ, ਕੋਈ ਵੀ ਕੁਛ ਵੀ ਕਹਿ ਸਕਦਾ, ਨਾਲੇ ਜਦੇ ਚੱਕ ਲੈਂਦੇ ਆ ਜੀ ਆਹ ਹੋ ਗਿਆ ਉਹ ਹੋ ਗਿਆ, ਇਦਾਂ ਕਿੱਦਾਂ ਹੋ ਗਿਆ ਵੀ, ਕੋਈ ਵੀ ਬੰਦਾ ਕੁਛ ਵੀ ਕਹਿ ਸਕਦਾ, ਤੁਸੀਂ ਗਾਣਾ ਬਣਾ ਦਿਓ। ਮੈਂ ਵੀ ਕਿਹਾ ਸੀਗਾ ਵੀ ਮਾਤਾ ਕਿੱਥੇ ਆ ਜੇ ਗਊ ਆ ਮਾਤਾ, ਜਿਹਨੇ ਜੰਮਿਆ ਉਹਨੂੰ ਭੁਲਾਤਾ, ਜਿਹੜਾ ਸੱਚ ਆ ਆਲਵੇਜ਼ ਚੁੱਭਦਾ ਹੁੰਦਾ, ਚੁੱਭਣਾ ਹੀ ਆ ਇਹ, ਆਲਵੇਜ਼ ਚੁੱਭਣਾ ਹੀ ਆ, ਇਹਨੂੰ ਇਹਨੂੰ ਕੋਈ ਟਾਲ ਨਹੀਂ ਸਕਦਾ, ਹੈ ਨਾ, ਸੱਚ ਆਲਵੇਜ਼ ਚੁੱਭਣਾ। ਸੋ ਆਈ ਡੋਨਟ ਨੋ ਕਿੱਥੋਂ ਇਹ ਕਿਹਨਾਂ ਨੇ ਆਪਣੇ ਰੂਲ ਬਣਾਏ ਹੋਏ ਨੇ ਵੀ ਇਹਨੂੰ ਐਂ ਕਰ ਦਾਂਗੇ ਐਂ ਕਰ ਦਾਂਗੇ, ਕੋਈ ਚੱਕਰ ਨਹੀਂ, ਜਦੋਂ ਮਰਨਾ ਰੱਬ ਨੇ ਮਾਰੀ ਦੇਣਾ, ਕੋਈ ਬੰਦਾ ਕਿਸੇ ਨੂੰ ਮਾਰਨ ਵਾਲਾ ਕੋਈ ਨਹੀਂ ਹੁੰਦਾ ਹੈਗਾ। ਸੋ ਮੈਂ ਕਹਿਣਾ ਮੈਂ ਅੱਗੇ ਤੋਂ ਵੀ ਸੱਚ ਬੋਲੂਗਾ ਗਾਣਿਆਂ 'ਚ, ਕੋਈ ਚੱਕਰ ਨਹੀਂ, ਨੋ ਪ੍ਰੋਬਲਮ, ਜੇ ਕਿਸੇ ਨੇ ਕੁਛ ਕਰਨਾ ਕਰ ਲਵੇ ਨੋ ਪ੍ਰੋਬਲਮ, ਆਪਾਂ ਨੂੰ ਇਹੋ ਜਿਹੀ ਕਿਸੇ ਚੀਜ਼ ਦਾ ਡਰ ਨਹੀਂ ਹੈਗਾ, ਸੱਚ ਬੋਲਾਂਗੇ ਤੇ ਬੋਲਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ ਇਹ ਚੀਜ਼ ਤੋਂ।
ਜਦ ਤੁਸੀਂ ਕਈ ਵਾਰ ਕੀ ਗੀਤ ਹਾਂ ਰਿਲੀਜ਼ ਕਰ ਦਿੰਦੇ ਆ ਉਹ ਇਨਾ ਐਕਸੈਪਟ ਨਹੀਂ ਕੀਤਾ ਜਾਂਦਾ ਜਾਂ ਫਿਰ ਥੈਂਕਫੁਲੀ ਇਦਾਂ ਦਾ ਕੋਈ ਗੀਤ ਅਜੇ ਤੱਕ ਆਇਆ ਨਹੀਂ ਹੈਗਾ ਬਟ ਕਈ ਵਾਰ ਕਈ ਗੀਤਾਂ ਤੇ ਕੋਈ ਟਿੱਪਣੀ ਬਣ ਜਾਂਦੀ ਹੈ ਕਿ ਆ ਗੀਤ ਦੇ ਵਿੱਚ ਆ ਕਿਹਾ ਗਿਆ ਉਹ ਤੇ ਉਦਾਂ ਹੀ ਮੁੱਦਾ ਬਣ ਜਾਂਦਾ ਆ ਕਦੇ ਇਦਾਂ ਹੋਇਆ ਹੈ ਕਿ ਕ੍ਰਿਟਿਸਿਜ਼ਮ ਇੰਨਾ ਬੈਡ ਹੋ ਗਿਆ ਦੈਟ ਯੂ ਹੈਵ ਟੂ ਲਾਈਕ ਕਾਈਂਡ ਆਫ ਸਟੈਪ ਅਵੇ ਨਹੀਂ ਹਾਲੇ ਤੱਕ ਤਾਂ ਇਦਾਂ ਨਹੀਂ ਹੋਇਆ, ਰੱਬ ਕਰੇ ਅੱਗੇ ਵੀ ਨਾ ਹੋਵੇ, ਪਰ ਉਦਾਂ ਹੋਇਆ ਜਿੱਦਾਂ ਵੀ ਲੋਕਾਂ ਦੇ ਮੈਸੇਜ ਆਉਣੇ ਵੀ ਆਹ ਗਾਣਾ ਤੁਸੀਂ ਕਿੱਦਾਂ ਦਾ ਕੱਢਿਆ, ਜਿੱਦਾਂ ਮੈਂ ਨਾ 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 ਗਾਣਾ ਕੱਢਿਆ ਸੀ ਪਹਿਲਾਂ ਕੁੜੀਆਂ ਦੇ ਮੈਸੇਜ ਆਉਣ ਲੱਗ ਗਏ ਆਹ ਗਾਣਾ ਕਿੱਦਾਂ ਤੁਸੀਂ ਕੁੜੀਆਂ ਨੂੰ ਐਵੇਂ ਸਮਝਦੇ ਹੋ, ਇਹ ਕਰਦੇ ਹੋ, ਮੈਂ ਕਿਹਾ ਜੀ ਮੈਂ ਤਾਂ ਨਹੀਂ, ਮੈਂ ਕਦੋਂ ਕਿਹਾ ਮੈਂ ਐਵੇਂ ਸਮਝਦਾ ਕੁੜੀਆਂ ਨੂੰ, ਲਾਈਕ ਤੁਹਾਨੂੰ ਤੁਸੀਂ ਸੁਣਿਆ ਕਿਉਂ ਗਾਣਾ, ਤੁਸੀਂ ਨਾ ਸੁਣੋ ਉਹ ਗਾਣਾ ਜਿਹੜਾ ਮੈਂ ਤੁਹਾਡੇ ਲਈ ਬਣਾਇਆ, ਤੁਸੀਂ ਉਹ ਸੁਣੋ ਗਾਣਾ ਨਾ, ਮੈਂ 2 MB ਬਣਾਇਆ ਕੁੜੀਆਂ ਲਈ, ਚੱਕ ਕੇ ਬਲੌਕ ਨਾਲੋਂ ਨਾਲ ਕਰਦਾ, ਜਿਸਮਾਂ ਦਾ ਸ਼ੌਂਕ ਤੈਨੂੰ ਮਾਰੂ ਸੋਹਣਿਆ, ਮੁੰਡਿਆਂ ਦਾ ਮੈਨੂੰ ਮੈਸੇਜ ਆਇਆ ਨਹੀਂ, ਬਾਈ ਤੂੰ ਮੁੰਡਿਆਂ ਦੀ ਕੀ ਲਿਖੀ ਜਾਣਾ, ਰਾਈਟ, ਸੋ ਇਟਸ ਜਸਟ ਲਾਈਕ ਪਿੱਛੇ ਸਟੈਪ ਦਾ ਨਹੀਂ ਮੈਨੂੰ ਅਗਰ ਲੈਣ ਦੀ ਲੋੜ ਪਵੇ ਤੇ ਰੱਬ ਕਰੇ ਅੱਗੇ ਪਵੇ ਵੀ ਨਾ, ਮੈਨੂੰ ਇਦਾਂ ਲੱਗਦਾ ਵੀ ਆਡੀਅੰਸ ਆਪ ਬਹੁਤ ਜ਼ਿਆਦਾ ਸਿਆਣੀ ਹੈ, ਜਿੰਨੇ ਵੀ ਸੁਣਦੇ ਨੇ ਸਾਨੂੰ ਨਾ ਬਹੁਤ ਜ਼ਿਆਦਾ ਸਿਆਣੇ ਨੇ, ਦੇ ਆਰ ਆਲ ਸਾਰੇ ਸਿਆਣੇ ਨੇ, ਮੈਨੂੰ ਉਹਨੂੰ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਹ ਸਾਡੇ ਤੋਂ ਜ਼ਿਆਦਾ ਸਿਆਣੇ ਨੇ, ਹਨਾ, ਸੋ ਵਿੱਚ ਕੁਝ ਕੁ ਬੰਦੇ ਹੁੰਦੇ ਨੇ, ਹੁਣ ਜੇ 100 ਬੰਦਿਆਂ ਚੋਂ 2% ਬੰਦੇ ਜਿਹਨਾਂ ਨੂੰ ਜਿਹਨਾਂ ਦੀ ਜੱਜਮੈਂਟ ਨਹੀਂ ਸਹੀ ਹੈਗੀ ਤਾਂ ਉਹਨਾਂ ਦੀ ਮੈਨੂੰ ਨਹੀਂ ਲੱਗਦਾ ਪਰਵਾਹ ਕਰਨੀ ਚਾਹੀਦੀ ਆ, ਕੋਈ ਐਡਾ ਚੱਕਰ ਨਹੀਂ ਹੈਗਾ, ਪਰ ਜਿਹੜੇ 98% ਤੁਹਾਨੂੰ ਸਲਾਉਂਦੇ ਆ ਕਹਿੰਦੇ ਆ ਵੀ ਵਧੀਆ, ਉਹਨਾਂ ਨੂੰ ਦੇਖ ਕੇ ਤੁਹਾਨੂੰ ਅੱਗੇ ਕੰਮ ਕਰਨਾ ਚਾਹੀਦਾ, ਸੋ ਐਡਾ ਕੋਈ ਚੱਕਰ ਨਹੀਂ ਹੈਗਾ। ਯਾ ਐਂਡ ਤੁਸੀਂ ਨਾ ਆਪਣੀ ਲਾਈਫ ਦੇ ਵਿੱਚ ਕੀ ਲੈ ਕੇ ਚੱਲਦੇ ਆ ਕਿ ਲਾਈਕ ਯਾ ਮੈਂ ਜੇ ਇਸ ਇੰਡਸਟਰੀ ਦੇ ਵਿੱਚ ਆਇਆ ਆ ਮੈਂ ਸੈੱਟ ਰਹਿਣਾ ਚਾਹੁੰਦਾ ਆ ਤਾਂ ਇੱਕ ਚੀਜ਼ ਆ ਜਿਹੜੀ ਮੈਂ ਹਮੇਸ਼ਾ ਨਾਲ ਹੀ ਰੱਖਣੀ ਆ ਵਾਟ ਇਜ਼ ਦੈਟ ਵਨ ਥਿੰਗ ਦੈਟ ਯੂ ਆਲਵੇਸ ਕੀਪ ਸਟੇ ਹੰਬਲ ਮੈਨ ਡਾਊਨ ਟੂ ਅਰਥ, ਕਿਸੇ ਬੰਦੇ ਨੂੰ ਮਿਲਦੇ ਆ ਮੱਥੇ ਤੇ ਓੜੀ ਪਾ ਕੇ ਨਹੀਂ ਮਿਲੀਦਾ, ਯੂ ਨੋ ਜਿੰਨੇ ਵੀ ਲੋਕ ਮੈਨੂੰ ਮਿਲੇ ਹੋਣਗੇ ਇੰਡੀਆ ਦੇ ਵਿੱਚ ਜਦੋਂ ਮੈਂ ਗਿਆ, ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਪੁੱਛ ਵੀ ਸਕਦੇ ਹੋ, ਕੋਈ ਵੀ ਬੰਦਾ ਜੇ ਮਿਲਿਆ ਇੱਥੇ ਥੱਲੇ ਜੇ ਦੇਖ ਵੀ ਰਿਹਾ ਹੋਵੇ, ਹਰੇਕ ਬੰਦੇ ਨੂੰ ਜੱਫੀ ਪਾ ਕੇ ਮਿਲਿਆ, ਹਰੇਕ ਬੰਦੇ ਨੂੰ, ਆਏ ਨਹੀਂ ਵੀ ਦੂਰੋਂ ਮਿਲਿਆ ਜਾਂ ਹੱਥ ਨਹੀਂ ਮਿਲਿਆ, ਹਰੇਕ ਬੰਦੇ ਨੂੰ ਹੱਥ ਮਿਲਾ ਕੇ ਜੱਫੀ ਪਾਈ ਆ, ਸੋ ਸਟੇ ਹੰਬਲ ਸਟੇ ਡਾਊਨ ਟੂ ਅਰਥ, ਜਿੱਡੇ ਮਰਜ਼ੀ ਹੋ ਜਾਈਏ, ਭਾਵੇਂ ਪਰਮਾਤਮਾ ਨੇ ਬਹੁਤ ਯੋਗਾ ਕੀਤਾ, ਹਾਲੇ ਵੀ ਇੰਨੇ ਯੋਗੇ ਹੈ ਨਹੀਂ ਸੀਗੇ ਜਿੰਨੇ ਯੋਗਾ ਕੀਤਾ ਹੋਇਆ, ਪਰ ਇੱਦਾਂ ਹੀ ਰਹਾਂਗੇ ਸਾਰੇ ਸੁਣਨ ਵਾਲਿਆਂ ਨਾਲ, ਮੇਰਾ ਪ੍ਰੋਮਿਸ ਹੈ ਸਾਰੇ ਸੁਣਨ ਵਾਲਿਆਂ ਨਾਲ, ਸਾਰੇ ਚਾਹੁਣ ਵਾਲਿਆਂ ਨਾਲ, ਵੀ ਕਦੇ ਹਵਾ ਨਹੀਂ ਮਾਰੂੰਗਾ ਬਾਈ, ਨੋ ਪ੍ਰੋਬਲਮ, ਇਸੀ ਗੱਲ ਤੇ ਜੇ ਅਸੀਂ ਕਦੇ ਵੀ ਕਰਨ ਔਜਲੇ ਦਾ ਦਿਲ ਖੋਲ ਕੇ ਵੇਖੀਏ ਤਾਂ ਅੰਦਰ ਕੀ ਲੱਭੂਗਾ ਸਾਨੂੰ ਦਿਲ ਖੋਲ ਕੇ ਤਾਂ ਲੱਭੀਏ ਜੀ, ਵੈਸੇ ਪਿਆਰ ਹੀ ਚੀਰ ਕੇ ਲੱਭੂਗਾ ਕਹਿਣਾ ਸੀ ਖਾਪੜ, ਮੈਂ ਕਿ ਚੀਰ ਕੇ ਕੀ ਲਿਖਿਆ ਹੋਊਗਾ ਉਹ ਸਭ ਤੋਂ ਪਹਿਲੀ ਗੱਲ ਮੈਂ ਕਿਹੜਾ ਜੀ, ਮੈਂ ਕੁਛ ਕਹਿਣ ਲੱਗੇ ਚਲੋ ਕਾਹਨੂੰ, ਪਰ ਨਹੀਂ ਹਾਂ ਤੁਸੀਂ ਦਿਲ ਖੋਲ ਕੇ ਚੀਰ ਕੇ ਵੈਸੇ ਜੇ ਤੁਸੀਂ ਇਦਾਂ ਦੀ ਕੋਈ ਗੱਲ ਕਰਨੀ ਫੇਰ ਤਾਂ ਰਹਿਣੀ ਦੋ ਬਟ ਜੇ ਕੋਈ ਸਵੀਟ ਗੱਲ ਹੈ ਤਾਂ ਤੁਸੀਂ ਕਹਿ ਸਕਦੇ ਆ ਨਹੀਂ ਦਿਲ ਖੋਲ ਕੇ ਲੱਭੂਗੇ ਤਾਂ ਪਿਆਰ ਹੀ ਲੱਭੂਗਾ ਵਿੱਚੋਂ, ਤਾਂ ਮੇਰੇ 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 ਅੰਦਰ ਸਾਰਿਆਂ ਲਈ ਪਿਆਰ ਹੈ ਜੀ, ਮੇਰੇ ਚਾਹੁਣ ਵਾਲਿਆਂ ਲਈ ਵੀ ਪਿਆਰ ਹੈ, ਜਿਹੜੇ ਮੈਨੂੰ ਨਫ਼ਰਤ ਕਰਦੇ ਉਹਨਾਂ ਲਈ ਵੀ ਪਿਆਰ ਹੈ, ਕਿਉਂਕਿ ਉਹਨਾਂ ਦੇ ਕਰਕੇ ਮੈਂ ਇੱਥੇ ਤੱਕ ਆਇਆ, ਤੇ ਸਾਰਿਆਂ ਲਈ ਪਿਆਰ ਹੀ ਲੱਭੂਗਾ ਤੁਹਾਨੂੰ ਜੇ ਦਿਲ ਨਹੀਂ ਪਰ ਚੀਰ ਕੋਈ ਕੇ ਕੁਝ ਕਰਾਂ। ਕਿਹੜੀ ਚੀਜ਼ ਤੁਸੀਂ ਦਿਲ ਦੇ ਕਰੀਬ ਬੜਾ ਰੱਖਦੇ ਆ ਇਸ ਇੰਡਸਟਰੀ ਦੇ ਵਿੱਚ ਹੰਬਲ ਰਹਿਣਾ ਜ਼ਰੂਰੀ ਆ ਬਟ ਇੱਕ ਹੋਰ ਚੀਜ਼ ਜਿਹੜੀ ਤੁਸੀਂ ਖੁਦ ਨਾਲ ਰੱਖਦੇ ਆ ਨਾ ਨਾਲ ਤਾਂ ਪ੍ਰੈਕਟੀਕਲੀ ਜਿੱਦਾਂ ਫਿਜ਼ੀਕਲੀ ਮੈਂ ਨਾਲ ਕੀ ਰੱਖਦਾ, ਮੇਰੇ ਤਾਂ ਬਾਹਾਂ ਤੇ ਟੈਟੂ ਨੇ ਮੇਰੇ ਮਾਂ ਪਿਓ ਦੇ, ਮੇਰੇ ਬਟੂ ਵਿੱਚ ਆਲਵੇਸ ਫੋਟੋ ਹੁੰਦੀ ਹੈ, ਮੇਰੇ ਡੈਡੀ ਦੀ, ਮੇਰੀ ਮੰਮੀ ਦੀ ਫੋਟੋ ਹੁੰਦੀ ਹੈ, ਤੇ ਉਹਨਾਂ ਦੀ ਯਾਦ ਹੀ ਰੱਖਦਾ ਜੀ ਮੈਂ ਤਾਂ ਨਾਲ, ਮੈਨੂੰ ਆਲਵੇਸ ਰੀਅਲਾਈਜ਼ ਕਰਾਉਂਦਾ ਰਹਿੰਦੇ ਨੇ ਉਹ ਵੀ ਮੇਰੇ ਮੈਨੂੰ ਮੈਨੂੰ ਜੋ ਲੱਗਦਾ ਹੁੰਦਾ ਵੀ ਮੈਂ ਜਿੱਥੇ ਤੱਕ ਆਇਆ ਇੱਕ ਤਾਂ ਰੱਬ ਦੀ ਕਿਰਪਾ ਨਾਲ, ਇੱਕ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਉਹਨਾਂ ਦਾ ਹੱਥ ਹੈ ਮੇਰੇ ਸਿਰ ਦੇ ਉੱਤੇ, ਸੋ ਇੱਥੇ ਜਿੱਥੇ ਵੀ ਅੱਜ ਹੈਗੇ ਆ ਉਹਨਾਂ ਦੇ ਕਰਕੇ, ਪਰ ਜੇ ਅੱਜ ਉਹ ਸ਼ਾਇਦ ਸ਼ਾਇਦ ਇਫ ਦੇ ਵਰ ਲਾਈਵ ਜੇ ਉਹ ਜਿਉਂਦੇ ਹੁੰਦੇ ਤਾਂ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਣੀ ਸੀ ਵੀ ਉਹ ਹੈਗੇ ਨੇ ਤੇ ਉਹਨਾਂ ਨੂੰ ਆਹ ਸਭ ਕੁਝ ਦੇਖਣ ਦਾ ਮੌਕਾ ਮਿਲਿਆ, ਪਰ ਰੱਬ ਨੇ ਨਹੀਂ ਚਾਹਿਆ ਸੀ ਇਹ, ਸੋਚ ਸੋਕੇ ਕੋਈ ਚੱਕਰ ਨਹੀਂ। They're always around. I think they're always watching over you. That's the biggest thing. That to see stages te jaane I'm pretty sure ki fans de akhan de through thonu zarur dasde honge. Bilkul bilkul yaar. To see on that note, I kind of want to hear a song. To see Beb Baba putte kafi geet likhe vi ne, release vi kite ne. Koi thoda favorite geet jehda to see Beb Baba putte likhya hoya ya. Ek do main release nahi kite hoye par ਇੱਕ ਗਾਣਾ ਅਨਲੀਜ਼ਡ ਮੈਂ ਤੁਹਾਨੂੰ ਸੁਣਾ ਦਿੰਦਾ, ਮਾਂ ਤੇ ਲਿਖਿਆ ਹੋਇਆ ਸੀਗਾ, ਮੈਂ ਇਟ ਵਾਸ ਲਾਈਕ
ਤੁਸੀਂ ਤੁਹਾਡੇ ਕਿੰਨੇ ਗੀਤ ਰਿਲੀਜ਼ ਕਰਨ ਨੂੰ ਰੈਡੀ ਪਏ ਨੇ, ਕਿਉਂਕਿ ਤੁਸੀਂ ਬੜੇ ਗੀਤਾਂ ਦੀ ਮਸ਼ੀਨ, ਤੁਹਾਨੂੰ ਸੱਦਿਆ ਜਾਂਦਾ ਹੈ ਪੰਜਾਬੀ ਇੰਡਸਟਰੀ ਦੀ, जी ਸੋ ਗੀਤਾਂ ਦੀ ਮਸ਼ੀਨ, ਕਿੰਨੇ ਕੁ ਗੀਤ ਰੈਡੀ ਕਰਕੇ ਬੈਠੀ ਆ? काफी काफी गाने रेडी पाए जी। मैं अगे भी दस्या सी जदों मैं पिछले इंटरव्यू कीते सी 60-70 पे सी, हुण 100 हो गए होने आ। ਅੱਛਾ, ਤੁਸੀਂ सो ਪਰਸੋਂ एवरीडे ਜਾਰਜੀਆ फिर ਲਾਈਵ ਹੋਏ ਸੀਗੇ, ਉੱਚ ਤਾਂ ਤੁਸੀਂ 60-70 ਕਿਹਾ ਸੀ? 3 ਦਿਨਾਂ 'ਚ ਮੈਂ ਲਿਖ ਲਏ 30-40। ਅੱਛਾ, ਕਿੰਨਾ ਟਾਈਮ ਲੱਗ ਜਾਂਦਾ ਇੱਕ ਗੀਤ ਲਿਖਣ ਨੂੰ ਤੁਹਾਨੂੰ? ਡਿਪੈਂਡ ਕਰਦਾ ਜੀ, ਕੋਈ ਟਾਈਮ ਨਹੀਂ ਹੈਗਾ, ਕੋਈ ਟਾਈਮ ਨਹੀਂ ਹੈਗਾ। ਸਭ ਤੋਂ ਸਮੋ ਜਿੱਦਾਂ ਸਭ ਤੋਂ ਕੁਇਕੈਸਟ ਗਾਣਾ ਕਿਹੜਾ ਰਿਹਾ ਆ ਤੁਹਾਡਾ? ਲਾਈਕ ਯੂ ਨੋ, ਕੋਈ ਗਾਣਾ ਕਿੰਨਾ ਟਾਈਮ 'ਚ ਬਣਿਆ ਆ? ਤੂੰ ਏ ਐਮ ਬਹੁਤ ਛੇਤੀ ਲੇਖ ਹੋ ਗਿਆ ਸੀਗਾ, ਡੋਂਟ ਲੁੱਕ 6-7 ਮਿੰਟ 'ਚ ਲੇਖ ਹੋ ਗਿਆ ਸੀਗਾ। ਹੋਰ ਕਿਹੜਾ ਗਾਣਾ ਸੀ, ਨਹੀਂ ਫੈਕਟਸ ਗਾਣਾ 10 ਮਿੰਟਾਂ 'ਚ ਲੇਖ ਹੋ ਗਿਆ ਸੀ। ਸੋ ਉਹ ਸਾਰੀ ਇੱਦਾਂ ਹੀ ਆ, 10-15 ਮਿੰਟ, ਕਿਉਂਕਿ ਜਦੋਂ ਕੋਈ ਖਿਆਲ ਆਉਂਦਾ ਮਨ 'ਚ ਤਾਂ ਉਹ ਨਾਲ ਦੀ ਨਾਲੇ ਲਿਖ ਹੋ ਜਾਂਦਾ, ਰਾਈਟ। ਪਰ ਕਈ ਵਾਰੀ ਇਦਾਂ ਵੀ ਹੁੰਦਾ ਵੀ ਕਈ ਗਾਣੇ ਮੇਰੇ ਸਾਲ ਸਾਲ ਪਹਿਲਾਂ ਦੀਆਂ ਹੁੱਕ ਲਾਈਨਾਂ ਲਿਖੀਆਂ ਪਈਆਂ ਨੇ, ਪਰ ਉਹ ਅੱਜ ਤੱਕ ਪੂਰੇ ਨਹੀਂ ਹੋਏ, ਸੋ ਹਾਲ ਤੱਕ ਰਿਲੀਜ਼ ਵੀ ਨਹੀਂ ਹੋਏ। ਪਰ ਜਿੰਨੇ ਗਾਣੇ ਰਿਲੀਜ਼ ਹੋਏ ਆ ਉਹ ਨਾਲ ਦੀ ਨਾਲ ਹੀ ਲਿਖ ਹੋਏ। I think you're breaking off slightly, but we've got you back. ਹਾਂਜੀ ਹਾਂਜੀ। ਅੱਛਾ, ਇੱਕ ਐਨੀਮਲਸ ਦੇ ਉੱਤੇ ਸਾਨੂੰ ਕੁਐਸਚਨ ਆਇਆ ਸੀਗਾ ਫੈਨਸ ਵੱਲੋਂ ਕਿ ਤੁਸੀਂ ਐਨੀਮਲਸ ਨੂੰ ਬਹੁਤ ਪਿਆਰ ਕਰਦੇ ਆ, ਹਰੇਕ ਵੀਡੀਓ ਦੇ ਵਿੱਚ ਐਨੀਮਲਸ ਦੇਖਣ ਨੂੰ ਮਿਲਦੇ ਨੇ। ਇਨ ਦ ਰੀਸੈਂਟ ਵਨ ਲੈਟ ਹਿਮ ਪਲੇ, ਯੂ ਹੈਡ ਅ ਫੌਕਸ, ਆਈ ਵਾਸ ਅ ਵੋਲਫ, ਯਾ ਅ ਵੋਲਫ অর ਅ ਫੌਕਸ, ਸੇਮ ਹੀ ਬ੍ਰੀਡ ਜਿਹਾ ਹੋ ਗਿਆ ਉਹਦਾ ਤਾਂ। ਕੀ ਕਹਾਂ ਹੁਣ ਮੈਂ ਤੁਹਾਨੂੰ, ਚਲੋ ਕੋਈ ਨਹੀਂ। ਹਾਂਜੀ ਐਂਡ ਅੱਗੇ ਸ਼ੇਕ ਗਾਣੇ ਦੇ ਵਿੱਚ ਤੁਸੀਂ there were sharks in like the visual effects, they were sharks. What's the whole concept of that? I actually have no idea. Me personally, I didn't like that. Rupan did it because he liked it. It was not sharks, it was dolphins. But, chalo bhi same hi kar logi. ਪਰ ਉਹ ਰੂਪਨ ਨੇ ਕਰਤਾ ਸੀ, ਉਹਨੂੰ ਵਧੀਆ ਲੱਗਿਆ। ਮੈਨੂੰ ਮੈਨੂੰ ਕੋਈ ਏਡਾ ਚੱਕਰ ਨਹੀਂ ਹੁੰਦਾ ਹੈਗਾ, ਕੋਈ ਚੱਕਰ ਨਹੀਂ, ਕਿਉਂਕਿ ਲੋਕਾਂ ਨੇ ਸਿਰਫ ਉਹ ਵੀਡੀਓ ਕਿੰਨਾ ਅਸੀਂ ਤੁਹਾਨੂੰ ਲਾਈਵ ਦਾ ਫਨ ਕਰਨ ਲਈ ਆਇਆ, ਕਰੈਕਟ ਕਰਨ ਨੂੰ ਨਹੀਂ ਸੱਦਿਆ ਹੈਗਾ। ਚਲੋ ਪਰ ਹਾਂਜੀ ਹਾਂਜੀ, ਮੈਂ ਉੱਥੇ ਬੈਕ ਆਵਾਂਗਾ। ਉੱਤੇ ਡੋਲਫਿਨ ਸੀਗੀਆਂ, ਮੇਰਾ ਮੇਨ ਮਕਸਦ ਸੀਗਾ ਵੀ ਜਿਹੜਾ ਜਾਨਵਰਾਂ ਵਾਲਾ ਹੁੰਦਾ ਮੈਨੂੰ ਮੈਨੂੰ ਐਕਚੁਅਲੀ ਬਹੁਤ ਵਧੀਆ ਲੱਗਦੇ ਆ। ਕੋਈ ਟਾਈਮ ਆਊਗਾ, ਰੱਬ ਇੰਨਕ ਜੋਗਾ ਕਰੇ, ਤਾਂ ਮੈਂ ਚਾਹੁੰਦਾ ਵੀ ਮੇਰਾ ਆਪਦਾ ਘਰ ਹੋਵੇ ਤੇ ਮੈਂ ਉੱਥੇ ਜ਼ੂ ਬਣਾਵਾਂ, ਤੇ ਮੇਰੇ ਕੋ ਯੂ ਨੋ ਅਲੱਗ ਅਲੱਗ ਤਰ੍ਹਾਂ ਦੇ ਹੋਣ ਜਾਨਵਰ ਜਿਨ੍ਹਾਂ ਦੀ ਮੈਂ ਟੇਕ ਕੇਅਰ ਕਰ ਸਕਾਂ ਵੈਨ ਆਮ ਰਿਟਾਇਰਡ, ਜਦੋਂ ਮੇਰੇ ਕੋ ਕੁਝ ਕਰਨ ਨੂੰ ਨਹੀਂ ਹੈਗਾ। ਸੋ ਆਈ ਕੈਨ ਜਸਟ ਟੇਕ ਕੇਅਰ ਆਫ ਦਮ, ਰਾਈਟ। ਯਾ ਸੋ ਦੈਟਸ ਵਾਈ ਬਟ ਜਿੰਨਾ ਕਰ ਹੁੰਦਾ ਸੀ ਵੀਡੀਓ 'ਚ ਲੈ ਲੈਂਦੇ ਆ, ਅੱਗੇ ਵੀ ਤੁਹਾਨੂੰ ਦੇਖਦੇ ਰਹਿਣਗੇ। ਵਾਟਸ ਦ ਨੈਕਸਟ ਐਨੀਮਲ ਦੈਟਸ ਗੋਇੰ ਟੂ ਬੀ ਇਨ ਯੋਰ ਵੀਡੀਓ? ਔਰ ਡਿਪੈਂਡਸ ਮੈਨ, ਆਈ ਹੈਵ ਨੋ ਆਈਡੀਆ। ਆਈ ਹੈਵ ਅ ਫੀਲਿੰਗ ਯੂ ਗੋਇੰ ਟੂ ਰੌਕ ਅਪ ਵਿਦ ਅ ਸਨੇਕ ਔਰ ਸਮਥਿੰਗ। Yeah, snake ball look kane le le, yeah. Like I always think about something different, like zebras. I really like zebras. Okay. And I was thinking about getting a ostrich in my video, you know. Okay. We had an idea, like ostrich just walking down with me with the chains and stuff in their neck, and yeah, that's pretty much it. Let's see, it might be a surprise. That's nice. So you do like your animals. You have a dog yourself as well. We've seen Boss quite a lot. Yeah. My dog, he's 1.5 year old. And yeah, I really love him, man. Tusi gal kiti si ki jab tusi retire ho gaye, there's one thing that's very interesting, your legacy. Ki tusi ki chahne ke, of course, tusi chahne honge ki thodi geets odda hi rehen, geet vi bajte rehen, DJs te bajte rehen, lokan nu yaad rehen, lyrics yaad rehen. ਕੀ ਹੋਰ ਚੀਜ਼ ਹੈ ਜੋ ਕਿ ਕਰਨ ਔਜਲਾ ਛੱਡ ਕੇ ਜਾਣਾ ਚਾਹੁੰਦਾ ਹੈ? ਲਾਈਕ ਪੀਪਲ, ਯੂ ਵਾਂਟ ਦੈਟ ਪੀਪਲ ਰਿਮੈਂਬਰ ਦੈਟ ਵਨ ਥਿੰਗ ਅਬਾਊਟ ਯੂ? ਮੈਂ ਹੀ ਚਾਹੁੰਦਾ ਵੀ ਜੇ ਮੈਨੂੰ ਲੋਕ ਯਾਦ ਕਰਨ, ਤਾਂ ਮੇਰਾ ਸ਼ੁਰੂ ਤੋਂ ਹੀ ਸੁਪਨਾ ਸੀਗਾ ਵੀ ਜਦੋਂ ਵੀ ਮੈਂ ਕੰਮ ਕਰਨਾ ਛੱਡਾਂ ਜਾਂ ਕੁਛ ਵੀ ਹੈ ਨਾ, ਵੀ ਇਹੀ ਕਹਿਣ ਵੀ ਯਾਰ ਬੰਦਾ ਬਹੁਤ ਕਹਿਣ ਸੀ ਵੀ ਮੈਨੂੰ ਕੋਈ ਬੰਦਾ ਮਾੜਾ ਨਾ ਕਹੇ ਯਾਰ, ਬਿਨਾਂ ਗੱਲ ਤੋਂ। ਜਿਹੜਾ ਮੈਨੂੰ ਨਹੀਂ ਜਾਣਦਾ ਉਹਦੇ ਬਾਰੇ ਤਾਂ ਮੈਨੂੰ ਕੁਛ ਨਹੀਂ ਪਤਾ, ਜਿਹੜੇ ਲੋਕ ਮੈਨੂੰ ਜਾਣਦੇ ਆ ਤੇ ਮੈਨੂੰ ਮਿਲੇ ਆ ਉਹ ਨਾ ਕਹਿਣ ਮਿਲ ਕੇ ਵੀ ਯਾਰ ਇਹ ਬੰਦਾ ਐਵੇਂ ਸੀ, ਰਾਈਟ। ਅਟਲੀਸਟ ਜਿਹੜੇ ਮਿਲਿਆ, ਸੋ ਇੱਕ ਮੈਨੂੰ ਇਦਾਂ ਕਹਿਣ ਵੀ ਲਿਖਦਾ ਕਹਿਣ ਸੀਗਾ ਮੈਨੂੰ ਇਹੀ ਆ। ਪਰ ਇਹਦੇ ਬਾਰੇ ਕੋਸ਼ਿਸ਼ਾਂ ਆਪਣੀਆਂ ਜਾਰੀ ਨੇ, ਹੋਪਫੁਲੀ ਰੱਬ ਇੱਥੇ ਤੱਕ ਪਹੁੰਚਾਊਗਾ ਜੀ। ਯਾ, ਮੈਨੂੰ ਇਹ ਕੁਛ ਨਹੀਂ ਹੈਗਾ ਵੀ ਮੈਂ ਜਦੋਂ ਮਾਰਾ ਮੈਨੂੰ ਕਹਿਣ ਇਹ ਲੈਜੈਂਡ ਸੀਗਾ ਜਾਂ ਕੁਛ ਵੀ, ਨਾ ਐਡਾ ਕੋਈ ਚੱਕਰ ਨਹੀਂ ਹੈਗਾ ਆਪਾਂ। ਓਕੇ, ਤੁਸੀਂ ਹਮੇਸ਼ਾ ਕੰਟਰੋਵਰਸੀ ਦੇ ਵਿੱਚ ਨਹੀਂ ਹੁੰਦੇ, ਬਟ ਨਿਊਜ਼ ਜਿਹੜੇ ਚੈਨਲਸ ਨੇ ਜਾਂ ਫਿਰ ਫੇਕ ਮੀਡੀਆ ਜਿਹੜਾ ਅੱਜ ਕੱਲ ਬਹੁਤ ਟ੍ਰੈਂਡੀ ਚੱਲ ਰਿਹਾ ਆ, ਉਹਨਾਂ ਵਿੱਚ ਹਮੇਸ਼ਾ ਤੁਹਾਡਾ ਨਾਮ ਪਾਇਆ ਜਾਂਦਾ ਆ, ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਦਾ, ਕਰਨ ਔਜਲੇ ਨੇ ਆਹ ਕਹਿਤਾ ਉਹ ਕਹਿਤਾ।
ਹਾਊ ਡੂ ਯੂ ਪਰਸਨਲੀ ਟੇਕ ਦਾ ਹਰ ਇੱਕ ਸਵੇਰ ਨੂੰ ਤੁਸੀਂ ਉੱਠਦੇ ਆ ਤੇ ਕੁਝ ਨਾ ਕੁਝ ਮਿਲਦਾ ਆ ਦੇਖਣ ਨੂੰ, ਹਾਊ ਡੂ ਯੂ ਰਿਐਕਟ ਟੂ ਦਾ? ਕਈ ਵਾਰੀ ਗੁੱਸਾ ਹੁੰਦਾ ਜੀ ਜਦੋਂ ਐਵੇਂ ਬਿਨਾਂ ਗੱਲੋਂ ਜਿਹੜਾ ਵੀਡੀਓ ਦੇ ਹੈਡਲਾਈਨਸ ਹੁੰਦੀਆਂ, ਟਾਈਟਲ ਹੁੰਦੇ ਆ, ਕੁਝ ਹੋਰ ਹੁੰਦੇ ਆ ਤੇ ਵਿੱਚ ਕੁਝ ਵੀ ਨਹੀਂ ਹੁੰਦਾ, ਹਨਾ, ਬਹੁਤ ਗੁੱਸਾ ਆਉਂਦਾ ਕਈ ਵਾਰੀ। ਪਰ ਕਈ ਵਾਰੀ ਸੋਚੀਦਾ ਵੀ ਇਹਨਾਂ ਦਾ ਵੀ ਚੱਲ ਕੋਈ ਨੀ ਰੋਜ਼ਗਾਰ ਹੈ। ਗੁੱਸਾ ਉਹ ਗੱਲੋਂ ਆਉਂਦਾ ਵੀ ਜਦੋਂ ਮੈਨੂੰ ਤਾਂ ਕੋਈ ਚੱਕਰ ਨੀ ਮੇਰੇ ਬਾਰੇ ਜੋ ਮਰਜ਼ੀ ਲਿਖ ਦੇਣ, ਹਨਾ, ਜਦੋਂ ਘਰ ਦੇ ਪੜ੍ਹਦੇ ਆ ਨਾ, ਮੇਰੀ ਸਿਸਟਰਸ ਪੜ੍ਹਦੀਆਂ ਨੇ, ਉਹ ਪੜ੍ਹ ਕੇ ਟੈਨਸ਼ਨ ਲੈ ਜਾਂਦੇ ਘਰ ਦੇ, ਯੂ ਨੋ ਹਾਊ ਦੇ ਆਰ, ਹਨਾ, ਆਪਣੇ ਸਾਰੀ ਪੰਜਾਬੀ ਫੈਮਿਲੀਜ਼ ਕਿੱਦਾਂ ਹੁੰਦੀਆਂ, ਐਂਡ ਦੇ ਸਟਾਰਟ ਸਟ੍ਰੈਸਿੰਗ ਓਵਰ ਸਟਫ, ਰਾਈਟ? ਸੋ ਮੈਨੂੰ ਉਹ ਚੀਜ਼ ਵਧੀਆ ਨਹੀਂ ਲੱਗਦੀ ਹੈਗੀ, ਰਾਈਟ? ਲਾਈਕ ਇਹ ਬੰਦੇ, ਮੈਂ ਚਾਹੁੰਦਾ ਵੀ ਮੈਂ ਇਹ ਤਿੰਨ ਚਾਰ ਜਿਹੜੇ ਚੈਨਲ ਵਾਲੇ ਨੇ, ਜਦੋਂ ਮੈਂ ਅਗਲੀ ਇੰਡੀਆ ਗਿਆ, ਇਹਨਾਂ ਨੂੰ ਬਿਠਾਵਾਂ ਮੇਰੇ ਮੂਹਰੇ ਤੇ ਮੈਂ ਇਹਨਾਂ ਦੀ ਇੰਟਰਵਿਊ ਕਰਾਂ। ਮੈਂ ਚਾਹੁੰਦਾ ਵੀ ਇਹਨਾਂ ਤੋਂ ਮੈਂ ਪੁੱਛਾਂ ਸਵਾਲ ਜਵਾਬ, ਤੇ ਇਹ ਕੁਛ ਗਲਤ ਕਹਿ ਦੇਣ ਤੇ ਫਿਰ ਮੈਂ ਉਹ ਚੱਕ ਕੇ ਪਾਵਾਂ ਆਪਣੇ YouTube ਚੈਨਲ ਦੇ ਉੱਤੇ, ਤਾਂ ਫਿਰ ਸਵਾਦ ਆਊਗਾ ਬਾਈ। ਯਾ ਯੂ ਥਿੰਕ ਫੇਕ ਮੀਡੀਆ ਥੋੜਾ ਜ਼ਿਆਦਾ ਹੋ ਰਿਹਾ ਹੈ, ਥੋੜਾ ਜ਼ਿਆਦਾ ਵੱਧ ਰਿਹਾ ਹੈ ਤੇ ਆਰਟਿਸਟ ਵਾਲੀ ਬਿਲਕੁਲ ਹੋ ਥੋੜਾ ਰਿਹਾ ਜੀ, ਹੋ ਰਿਹਾ ਬਿਲਕੁਲ ਹੋ ਰਿਹਾ, ਬਿਲਕੁਲ ਬਿਲਕੁਲ ਹੋ ਰਿਹਾ। ਫੇਕ ਮੀਡੀਆ, ਮੈਂ ਕੀ ਨਾਮ ਲਵਾਂ, ਬਹੁਤ ਕੁਝ ਹੋ ਰਿਹਾ ਜੀ, ਸਿਰਫ ਇੱਕ ਛੋਟੀ ਜਿਹੀ TRP ਦੇ ਚੱਕਰ 'ਚ, ਜਿੱਤੋਂ ਕਿ ਵੀ ਤੁਹਾਡੀ ਤਨਖਾਹ ਤਾਂ ਤੁਹਾਨੂੰ ਉਨੀ ਹੀ ਮਿਲਣੀ ਆ ਬਾਈ TV ਚੈਨਲਾਂ ਤੋਂ, ਹਨਾ, ਵੀ ਏਡਾ ਕੋਈ ਚੱਕਰ ਤਾਂ ਹੈ ਨੀਗਾ ਵੀ ਤੁਸੀਂ ਮਾੜਾ ਜਿਹਾ ਦੋਕੜੀ ਕਿਸੇ ਬਾਰੇ ਚੰਗਾ ਬੋਲੋ ਤੁਹਾਨੂੰ ਤਾਂ ਵੀ ਵਧੀਆ ਉਨੀ ਹੀ ਤਨਖਾਹ ਮਿਲਣੀ ਆ, ਤੇ ਮਾੜਾ ਬੋਲੋਗੇ ਤਾਂ ਵੀ ਉਨੀ ਹੀ ਮਿਲਣੀ ਆ। ਸੋ ਵਾਈ ਨਾਟ ਤੁਸੀਂ ਚੰਗਾ ਬੋਲੋ ਕਿਸੇ ਬਾਰੇ ਯਾਰ, ਯਾ ਕੀ ਕਰ ਰਹੇ ਹੋ, ਹਨਾ, ਵੀ ਲਾਈਕ ਜਸ ਗੋ ਗੈਟ ਅ ਲਾਈਫ ਮੈਨ, ਲਾਈਕ ਤੁਸੀਂ ਕੀ ਕਰ ਰਹੇ ਹੋ ਆਪਣੀ ਲਾਈਫ ਨਾਲ, ਹਨਾ। ਓਕੇ ਆਈ ਥਿੰਕ ਕਰਨ ਯੂ ਆਰ ਅ ਬਿਟ ਸੀਰੀਅਸ ਨਾਓ, ਤੁਸੀਂ ਕੁਝ ਗਾ ਕੇ ਸੁਣਾਉਣਾ ਮੈਂ ਚਾਹੋਗੇ ਸੀਰੀਅਸ ਹੀ ਸਾਨੂੰ? ਰਹਿਣਾ ਜੀ, ਮੈਂ ਤੁਸੀਂ ਥੋੜਾ ਸੀਰੀਅਸ ਹੀ ਰਹਿਣਾ। ਸੀਰੀਅਸ ਜ਼ਿਆਦਾ ਹੀ ਰਹਿੰਦੇ ਅੱਜ ਅਸੀਂ ਲਾਈਵ ਦੇ ਵਿੱਚ ਦੇਖ ਰਹੇ ਹਾਂ, ਮੈਂ ਤਾਂ ਫੇਰ ਵੀ ਕਿਤੇ ਨਾ ਕਿਤੇ ਸਮਾਈਲ ਕਰ ਲੈਂਦੀ ਹਾਂ ਜਾਂ ਕਿਤੇ ਕਿਤੇ ਤੁਸੀਂ ਸਮਾਈਲ ਕਰ ਲੈਂਦੇ ਮੇਰੀ ਜਿੱਦਾਂ ਜੋਕਸ ਜੋਕਸ ਕਹਿ ਸਕਦੇ ਹਾਂ, ਬਟ ਤੁਸੀਂ ਵੈਸੇ ਹੱਸਦੇ ਬਹੁਤ ਘੱਟ ਹੋ, ਕਿਉਂ? ਮੈਂ ਘੱਟ ਹੀ ਹੱਸਦਾ ਜੀ, ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ, ਮੈਂ ਸੀਰੀਅਸ ਰਹਿਣਾ ਪਸੰਦ ਕਰਦਾ ਐਕਚੁਅਲੀ, ਸੀਰੀਅਸ ਮੈਨੂੰ ਵਧੀਆ ਰਹਿਣਾ ਲੱਗਦਾ। ਪਸੰਦ ਕਰਦੇ ਆ ਜਾਂ ਵੈਸੇ ਤੁਹਾਡੀ ਪਰਸਨੈਲਿਟੀ ਸੀਰੀਅਸ ਵਾਲੀ ਆ? ਇਹ ਵੀ ਕਹਿ ਸਕਦੇ ਹੋ ਤੁਸੀਂ, ਓਕੇ ਬਾਕੀ ਡਿਪੈਂਡ ਕਰਦਾ ਤੁਸੀਂ ਆਹੀ ਦਿਨ ਲਾਈਵ ਰੱਖਿਆ ਨਾ, ਅੱਜ ਥੋੜਾ ਜਿਹਾ ਸੀਰੀਅਸ ਰਹਿਣ ਵਾਲਾ ਦੇਣਾ, ਕਦੇ ਦਸਾਂ ਦਿਨਾਂ ਨੂੰ ਫੇਰ ਰੱਖਿਓ, ਫਿਰ ਹਾਸੇ ਵਾਲਾ ਮਾਹੌਲ ਬਣਾ ਲਾਂਗੇ ਆਪਾਂ, ਕੋਈ ਚੱਕਰ ਨਹੀਂ। ਦਸਾਂ ਦਿਨਾਂ ਤੇ ਤੁਸੀਂ ਬਿਜ਼ੀ ਹੋ ਜਾਣਾ, ਫਿਰ ਸਾਨੂੰ ਟਾਈਮ ਨਹੀਂ ਕੋਈ ਮਿਲਣਾ ਚੱਕਰ ਤੁਹਾਨੂੰ, ਕੱਢ ਤੁਹਾਨੂੰ ਲਾਂਗੇ ਲੈ ਟਾਈਮ, ਕੇ ਆਉਣਾ ਕਾਫੀ ਔਖਾ ਹੁੰਦਾ ਆ। ਤੁਸੀਂ ਦੱਸ ਦਿਓ ਕੋਈ ਐਨੀਵੇ ਚੱਕਰ ਨਹੀਂ। ਤੁਸੀਂ ਗੀਤ ਜ਼ਰੂਰ ਸਾਨੂੰ ਸੁਣਾਓ, ਕਮੈਂਟਸ ਦੇ ਵਿੱਚ ਬੜਾ ਰਿਕੁਐਸਟ ਹੋ ਰਿਹਾ ਹੈ ਡੋਂਟ ਲੁੱਕ ਗਾਣਾ, ਸੋ ਤੁਸੀਂ ਪਲੀਜ਼ ਆਪਣੇ ਫੈਨਸ ਲਈ ਡੋਂਟ ਲੁੱਕ ਗਾਣਾ ਜ਼ਰੂਰ ਸੁਣਾਓ। ਬਿਲਕੁਲ ਜੀ, ਸੀਗਾ ਓ ਪਾਪੀਆਂ ਦੇ ਲੈ ਨਾ ਡਰੀਮ ਬੱਲੀਏ, ਖਾਂਦੇ ਉੱਠ ਤੜਕੇ ਨੇ ਫੀਮ ਬੱਲੀਏ, ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ, ਤੇ ਮੇਰੇ ਨਾਲ ਗੁੰਡਿਆਂ ਦੀ ਟੀਮ ਬੱਲੀਏ, ਤੈਨੂੰ ਕਿੱਥੋਂ ਹੈਪੀ ਦੱਸ ਜੱਟ ਰੱਖ ਲੂ, ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ, ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਬੈਲੀ ਦੇ, ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ, ਯਾਰੀ ਲਾ ਕੇ ਜੱਟ ਦਾ ਨੀ ਪਤਾ ਲੱਗਣਾ, ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ, ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਬੈਲੀ ਦੇ, ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ। ਥੈਂਕ ਯੂ ਜੀ। That's so nice. Thank you so much. Thank you for that. Of course, ਹੁਣ ਆਪਾਂ ਥੋੜਾ ਜਿਹਾ ਲਾਈਟ ਮੂਡ ਕਰਦੇ ਹਾਂ, it has been quite of a light chat anyway, ਕਿਉਂਕਿ ਅਸੀਂ ਨਾ ਉਹ ਬੇਸਿਕ ਚੀਜ਼ਾਂ ਲਾਈਫ ਤੇ ਨਹੀਂ ਕਰਦੇ ਕਿ ਲਾਈਕ ਯੂ ਨੋ ਤੁਸੀਂ ਕਿੱਥੋਂ ਸਟਾਰਟ ਹੋਈ, we all know. Of course, let's get to know a bit more about Karan Aujla's phone. ਸਭ ਤੋਂ ਲਾਸਟ ਪਿਕਚਰ ਤੁਸੀਂ ਕਿਹੜੀ ਖਿੱਚੀ ਆ? ਤੁਹਾਡੀ ਕੈਮਰਾ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ, ਸਭ ਤੋਂ ਲਾਸਟ ਫੋਟੋ ਤੁਸੀਂ ਕਿਹੜੀ ਖਿੱਚੀ ਆ? ਸਭ ਤੋਂ ਲਾਸਟ ਪਿਕਚਰ ਕੱਲ ਕਿੱਥੇ ਗਿਆ, ਕੱਲ ਕਿੱਥੇ ਗਏ ਸੀ ਆਪਾਂ? ਸਭ ਤੋਂ ਲਾਸਟ ਫੋਟੋ ਮੈਂ ਕੱਲ ਵਾਈਟ ਰੌਕ ਗਿਆ ਸੀ, ਉੱਥੇ ਖਿੱਚੀ ਆ। ਓਕੇ ਯਾ, ਐਂਡ ਦ ਲਾਸਟ ਪਰਸਨ ਯੂ ਡਾਇਲਡ, ਲਾਸਟ ਪਰਸਨ ਆਈ ਡਾਇਲਡ ਵਾਸ ਮਨਦੀਪ। ਓਕੇ, ਲਾਸਟ ਨਾਈਟ ਟੋਲਡ ਹਿਮ ਟੂ ਵੇਕ ਮੀ ਅਪ ਐਟ 9 ਇਨ ਦ ਮਾਰਨਿੰਗ। ਤੁਹਾਡਾ ਸਕਰੀਨ ਟਾਈਮ ਕੀ ਹੈ? ਸਾਰਿਆਂ ਦਾ ਸਕਰੀਨ ਟਾਈਮ ਹੁੰਦਾ ਨਾ, ਸਕਰੀਨ ਟਾਈਮ ਤੁਸੀਂ ਕਿੰਨਾ ਟਾਈਮ ਸਪੈਂਡ ਕਰਦੇ ਆਪਣੇ ਫੋਨ ਤੇ? ਇਹ ਤਾਂ ਮੈਂ ਦੇਖਿਆ ਨਹੀਂ ਜੀ, ਡਿਪੈਂਡ ਕਰਦਾ। ਫਿਰ ਵੀ ਤੁਹਾਡੇ ਐਵਰੇਜ ਦੇ ਨਾਲ ਤੁਹਾਨੂੰ ਕਿੰਨਾ ਕੁ ਲੱਗਦਾ ਕਿੰਨਾ ਕੁ ਸਪੈਂਡ ਕਰ ਲੈਂਦੇ ਹੋਣੇ? ਐਸ਼ੀ ਮੈਂ ਲਿਖਦਾ ਵੀ ਆਪਣੇ ਫੋਨ ਤੇ ਹੀ ਆ ਨਾ, ਸੋ ਆਹ ਨੋ ਲਾਈਕ 24 ਘੰਟਿਆਂ ਚੋਂ 10 12 ਘੰਟੇ ਦਾ ਫੋਨ ਤੇ ਹੀ ਹੁੰਨੇ ਆ। ਓਕੇ, ਦਿਸ ਇੰਟਰਸਟਿੰਗ। ਐਂਡ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਐਪ ਕਿਹੜੀ ਯੂਜ਼ ਕਰਦੇ ਆ ਤੁਸੀਂ? ਇੰਸਟਾਗ੍ਰam। ਯਾ, ਇਜ਼ ਇਟ ਟਰੂ ਦੈਟ ਯੂ ਹੈਵ ਅਨਦਰ ਇੰਸਟਾਗ੍ਰam ਅਕਾਊਂਟ? ਨੋ, ਹੂ ਸੈਡ ਦੈਟ? ਨੋ, ਆਮ ਜਸਟ ਗੈਸਿੰਗ। ਤੁਹਾਨੂੰ ਕਿਹਨੇ ਕਿਹਾ? ਨਹੀਂ, ਮੈਂ ਤਾਂ ਵੈਸੇ ਹੀ ਪੁੱਛ ਰਹੀ ਆ, ਇਹ ਤਾਂ ਤੁਸੀਂ ਯੈਸ অর ਨੋ ਕਹਿ ਸਕਦੇ ਆ। ਨਹੀਂ, ਮੇਰੇ ਮੇਰੇ ਕੋ ਨਹੀਂ ਹੈਗਾ। ਅੱਛਾ, ਠੀਕ ਹੈ।
you smiled a bit though, so that's good. We're going somewhere. मैं Okay. हंसदा सोना नहीं लगदा सो घट ही हंसदा। अच्छा कुड़ियां कमेंट्स नु पूछ सकदे आ ते वो दस देनगियां। एनीवे मूविंग फॉरवर्ड मैं ना कुछ वर्ड्स दवांगी तुसी जेड़ी पहली चीज थोड़े दिमाग के विच आंदी है उसनु सुन के तुसी वो कहना है बट इन वन वर्ड डोंट स्ट्रेस आउट टू मच कीप इट क्वाइट शॉर्ट। हाँ जी हाँ जी दसो दसो दसो। तुसी कुछ कहन लगे सी कि कोई ना कहो नहीं 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 दसो दसो दसो। लाइटिंग बड़ी बढ़िया आ रही है यू लुक ग्रेट। दाढ़ी दूड़ी कटवाने वाली हुई है दसो तुसी। अच्छा ओके सो मैं कुछ का वर्ड्स कहूंगी तुसी उस दे बारे थोड़ा एलाबोरेट कर सकते हैं। सो द वेरी फर्स्ट वन इज जस्सी गिल। कैंट बंदा भरा अपना पहले दिन तो फेक मीडिया पहले दिन तो मींस लाइक 2009 10 या योर अगे फर्स्ट ट्रैक वाज विद हिम एज वेल। या अगे या फेक मीडिया थोड़ी गल पहला भी कर चुके हैं। फेक मीडिया मैं हूं अंग्रेजी गाल के फक नहीं यार नहीं ओके वी ओके प्रॉब्ली हैव टू सर बीप दैट पार्ट I don't like आउट। them, mom, personally. These guys are stupid. Stupid, that's the word. ओके फेक न्यूज़। Oh, nah. No. Nah, no. पंजाबी म्यूजिक इंडस्ट्री बढ़िया जा रही है. Growing. It's growing every day. सेलिंग सॉन्ग्स What? सेलिंग सॉन्ग्स गुड मनी गुड मॉर्निंग एंड करण औजला। ओके सो वी'ल टेक दैट ऑफ कोर्स तुसी बहुत कुछ कर रहे हैं बहुत कुछ आ भी रहा है सानू सुन चाया है कि तुसी मूवी जे रिलीज करनी है तो थोड़ी ओन प्रोडक्शन तो आउगी मूवी दे बारे प्लान कर रहे हैं तुसी। मूवी के बारे प्लान कर रहे हैं जी बिल्कुल बिल्कुल कर रहे हैं ओन प्रोडक्शन भी होगी शायद किसी नाल पार्टनरशिप भी होगी देखा है कितना बढ़िया लगता सानू डिपेंड करता मेन तो स्क्रिप्ट ते कादे ऊपर होगी मूवी की होगा की नहीं होगा बिकॉज़ असी फाहा बट नहीं करना चाहते काम सो लेट्स सी कितना होता कितना नहीं जब तुसी थोड़ी गीत बड़े इंस्पायरिंग होंगे या थोड़ी गीतां दे विच बड़ी मीनिंग होंगी या देयर ऑलवेज समथिंग दैट यू कैन इंटरप्रेट इन टर्म्स ऑफ म्यूजिक तां थोनू सानू असी थोन जान लिया बट इन टर्म्स ऑफ मूवीज थोड़ी की चॉइस होवेगी कि लाइक मैं किदां की मूवी रिलीज करा। यही कुछ मीनिंगफुल होवे है ना कुछ बढ़िया होवे मीनिंगफुल लाइक इंस्पिरेशनल मोटिवेशनल मूवी होवे पर नाल थोड़ा जा कैंट खड़का दड़का भी होवे सो आई वांट अ कॉम्बिनेशन ऑफ एवरीथिंग है ना लाइक सारा कुछ होवे भी लोग बोर ना हो जाए कॉमेडी भी होवे अपना थोड़ा जा खड़का दड़का भी होवे विच मोटिवेशन भी होवे सारा कुछ होवे ओ लभना औखा थोड़ा जा ਉਦਾਂ ਦਾ ਕਨਸੈਪਟ ਉਦਾਂ ਦੀ ਸਕ੍ਰਿਪਟ ਪਰ ਹਾਂ ਮੈਨੂੰ ਉਮੀਦ ਆ ਵੀ ਜਾਂ ਤਾਂ ਮੈਂ ਆਪ ਹੀ ਲਿਖੂੰਗਾ ਜਾਂ ਫਿਰ ਲੱਭ ਲਾਂਗੇ ਛੇਤੀ ਯਾ ਤੇ ਅੱਗੇ ਕੀ ਆ ਰਿਹਾ ਹੈ ਵਾਟ ਇਜ਼ ਕਮਿੰਗ ਨੈਕਸਟ ਐਂਡ ਵਾਟ ਆਰ ਯੂ ਰਿਲੀਜ਼ਿੰਗ ਫॉर ਯੂ ਫੈਨਸ। ਅਗਲੇ ਮਹੀਨੇ 2 ਮਹੀਨੇ ਦੀ ਗੱਲ ਕਰਾਂ ਤਾਂ ਕਾਫੀ ਪ੍ਰੋਜੈਕਟ ਆ ਰਹੇ ਨੇ ਇੱਕ ਮੁੰਡੇ ਨਾਲ ਕੋਲੈਬੋਰੇਸ਼ਨ ਆ ਰਹੀ ਆ ਨਵਾਂ ਵੀਰਾ ਮੈਂ ਸੌਰੀ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਗਾਣਾ ਆ ਰਿਹਾ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਾਤੀ ਵਾਹ ਆਪਣੀ ਪੰਕਤੀ ਆ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਪਰ ਉਹ ਚੀਜ਼ ਦੇ ਉੱਤੇ ਉਹਨਾਂ ਨੇ ਗਾਣਾ ਬਣਾਇਆ ਹੋਇਆ ਬਹੁਤ ਵਧੀਆ ਪੋਜ਼ਿਟਿਵ ਗਾਣਾ ਤੇ ਉਹਦੇ 'ਚ ਬਿਨ ਫੀਚਰਿੰਗ ਕਰਨ ਦਾ ਮੌਕਾ ਮਿਲਿਆ ਉਹ ਵੀ ਛੇਤੀ ਦੇਖਣ ਨੂੰ ਮਿਲੂਗਾ ਤੇ ਬਾਕੀ ਗਿੱਪੀ ਗਰੇਵਾਲ ਬਾਈ ਦੇ ਨਾਲ ਗਾਣਾ ਆ ਰਿਹਾ ਤੇ ਮੇਰੇ ਗਾਣੇ ਆ ਰਹੇ ਹੁਣ ਤਾਂ ਗਾਣੇ ਹੀ ਆ ਰਹੇ ਹਾਂਜੀ ਇੱਕ ਚੀਜ਼ ਅਸੀਂ ਹਮੇਸ਼ਾ ਨੋਟਿਸ ਕਰਦੇ ਹਾਂ ਤੁਹਾਡੇ ਨਾਲ ਵੀ ਰਹਿਣ ਰੈਕੋਰਡ ਦੇ ਨਾਲ ਵੀ ਕਿ ਤੁਸੀਂ ਹਮੇਸ਼ਾ ਨਵੇਂ ਮੁੰਡਿਆਂ ਨੂੰ ਹਮੇਸ਼ਾ ਫਾਰਵਰਡ ਲੈ ਕੇ ਆਉਂਦੇ ਨਵੇਂ ਆਰਟਿਸਟਾਂ ਨੂੰ ਵੀ ਫਾਰਵਰਡ ਲੈ ਕੇ ਆਉਂਦੇ ਆ ਇਵਨ ਪ੍ਰੂਫ ਵੀ ਹੈਵ ਸੀਨ ਹਿਮ ਕਮ ਥਰੂ ਵਿਦ ਯੂ ਵੈਰੀ ਨਾਈਸਲੀ ਸੋ ਇਜ਼ ਦੇਅਰ ਸਮਥਿੰਗ ਦੈਟ ਯੂ ਯੂ ਫੀਲ ਕਿ ਤੁਹਾਨੂੰ ਨਵੇਂ ਕਲਾਕਾਰਾਂ ਨੂੰ ਪ੍ਰੋਮੋਟ ਕਰਨ ਦੀ ਜ਼ਰੂਰਤ ਆ ਓ ਇਜ਼ ਦੇਅਰ ਸਮਥਿੰਗ ਅ ਸਟ੍ਰੈਟਜੀ ਬਿਹਾਈਂਡ ਇਟ। ਮੈਨੂੰ ਵਧੀਆ ਲੱਗਦਾ ਜੀ ਜਦੋਂ ਨਵੇਂ ਕਲਾਕਾਰ ਆਉਂਦੇ ਆ ਮੂਰੇ ਕਿਉਂਕਿ ਮੈਂ ਵੀ ਕਿਸੇ ਦਿਨ ਨਵਾਂ ਸੀਗਾ ਹਨਾ I was new to like all this but ਮੈਨੂੰ ਇਦਾਂ ਹੁੰਦਾ ਵੀ ਜੇ ਕੋਈ ਬੰਦਾ ਜੇ ਕਿਸੇ ਬੰਦੇ ਟੈਲੈਂਟ ਹੈਗਾ ਤਾਂ ਉਹ ਡਿਜ਼ਰਵ ਕਰਦਾ ਰਾਈਟ ਵੀ ਉਹ ਬੰਦਾ ਲੋਕ ਕਹਿੰਦਾ ਰਹਿ ਜਾਵੇ ਭੀੜ 'ਚ ਸੋ ਜੇ ਮੈਂ ਮੇਰੇ ਕੋਲ ਇੰਨਾ ਕੁ ਹੈਗਾ ਹੁਣ ਜੇ ਮੈਂ ਅੱਜ ਉਹਨਾਂ ਦੀ ਹੈਲਪ ਕਰ ਸਕਦਾ ਤਾਂ ਵਾਈ ਨਾਟ ਰਾਈਟ
ਸੋ ਮੇਰੀ ਟਰਾਈ ਹੁੰਦੀ ਹੈ ਵੀ ਜੇ ਕਿਸੇ ਨਵੇਂ ਬੰਦੇ 'ਚ ਟੈਲੈਂਟ ਹੈਗਾ ਤਾਂ ਉਹ ਜ਼ਰੂਰ ਮੂਹਰੇ ਆਉਣਾ ਚਾਹੀਦਾ, ਜਿੱਦਾਂ ਪਰੂਫ ਹੈ ਮੈਂ ਇੱਥੇ ਵੀ ਦੱਸ ਦੇਣਾ ਚਾਹੁੰਦਾ, ਪਰੂਫ ਜਿਹੜਾ ਮੁੰਡਾ ਮਿਊਜ਼ਿਕ ਕੀਤਾ ਜਿਹਨੇ ਇਟਸ ਓਕੇ ਗਾਡ ਦਾ ਅਤੇ ਅਲਰ ਇੰਪਲੇ ਦਾ ਵੀ ਮਿਊਜ਼ਿਕ ਜਿਹਨੇ ਕੀਤਾ, ਉਹਦੇ ਨਾਲ ਨਾ ਬਹੁਤ ਵੱਡਾ ਚੱਕਰ ਚੱਲਿਆ ਸੀਗਾ। ਹੀ ਗਾਟ ਸਿਕ ਐਂਡ ਦੈਨ ਹੀ ਵੈਂਟ ਟੂ ਦ ਡਾਕਟਰਸ, ਜਦੋਂ ਉਹ ਡਾਕਟਰਾਂ ਕੋਲ ਗਿਆ ਤਾਂ ਉਹਦੀ ਜਿਹੜੀ ਜੱਸੀ ਗਿੱਲ ਬਾਈ ਹੈ ਥੱਲੇ ਘਰਾਲੇ ਦਾ ਕਰਨ ਜਿਹਾ ਯਾਰ ਨਹੀਂ ਕੋਈ, ਜੱਸੀ ਬਾਈ ਕਿੱਦਾਂ, ਸੋ ਜਦੋਂ ਉਹ ਗਿਆ ਆਪਣੇ ਡਾਕਟਰਸ ਦੇ ਕੋਲ, ਉਹਦੇ ਨਾ ਜਿੱਦਾਂ ਜਿਹੜੀ ਆਪਣੀ ਸਪਾਈਨ ਹੁੰਦੀ ਹੈ ਉਹ 'ਚ ਕਿਸੇ ਨੇ ਗਲਤ ਜਿੱਦਾਂ ਇੰਜੈਕਸ਼ਨ ਲਾ ਤਾ, ਕਿਸੇ ਡਾਕਟਰ ਦੀ ਗਲਤੀ ਨਾਲ, ਕਿਸੇ ਪੜ੍ਹੇ ਲਿਖੇ ਬੰਦੇ ਦੀ ਗਲਤੀ ਨਾਲ, ਜੋ ਬੰਦਾ ਤੁਰ ਨਹੀਂ ਸਕਦਾ, ਹੀ ਕੈਨ ਵਾਕ, ਹੈ ਨਾ। ਤੇ ਬਿਗ ਅਪਸ ਆ, ਬਿਗ ਸ਼ਾਰ ਆਟ ਟੂ ਹਿਮ ਮੈਨ, ਉਹ ਬੰਦਾ ਬਹੁਤ ਮਿਹਨਤ ਕਰ ਰਿਹਾ, ਸਵੇਰੇ ਕਈ ਵਾਰੀ ਸਵੇਰੇ 7-8 ਵਜੇ ਸੌਂਦਾ ਤੇ ਕਈ ਵਾਰੀ ਸਵੇਰੇ 3 ਵਜੇ ਉੱਠ ਕੇ ਲੱਗਿਆ ਹੁੰਦਾ, ਹੈ ਨਾ। ਤੇ ਬਹੁਤ ਜ਼ਿਆਦਾ ਮਿਹਨਤ ਕਰਦਾ ਉਹ ਬੰਦਾ, ਤੇ ਮੈਂ ਇੱਥੇ ਵੀ ਕਹਿਣਾ ਚਾਹੁੰਦਾ ਵੀ ਮੈਂ ਜਦੋਂ ਤੱਕ ਮੈਂ ਇਸ ਇੰਡਸਟਰੀ 'ਚ ਹੈਗਾ ਜਾਂ ਮੈਂ ਉੱਦਾਂ ਵੀ ਹੈਗਾ, ਮੈਂ ਉਹ ਬੰਦੇ ਦੇ ਨਾਲ ਹਾਂ, ਕਿਉਂਕਿ ਮੈਨੂੰ ਪਰਸਨਲੀ ਉਹ ਬਹੁਤ ਵਧੀਆ ਲੱਗਦਾ, ਹੈ ਨਾ, ਬਹੁਤ ਪੋਜ਼ਿਟਿਵ ਵਾਈਜ਼ ਆਉਂਦੀ ਨੇ ਉਹ ਤੋਂ ਮੈਨੂੰ। ਸੋ ਜਿੱਦਾਂ ਉਹ ਮੂਹਰੇ ਆਇਆ, ਇੱਦਾਂ ਹੀ ਹੋਰ ਵੀ ਜੇ ਕੋਈ ਬੰਦਾ ਸਾਨੂੰ ਅੱਗੇ ਵੀ ਮਿਲੂਗਾ ਤਾਂ ਅਸੀਂ ਜ਼ਰੂਰ ਉਹਨਾਂ ਦੀ ਹੈਲਪ ਕਰਾਂਗੇ ਜੀ। ਇੱਕ ਟਾਈਮ ਸੀਗਾ ਜਿਵੇਂ ਕਿ ਤੁਸੀਂ ਕਿਹਾ, ਇੱਕ ਟਾਈਮ ਸੀਗਾ ਜਦੋਂ ਤੁਸੀਂ ਨਵੇਂ ਸੀ, ਤੁਹਾਡਾ ਸਟਰਗਲ ਪੀਰੀਅਡ ਚੱਲ ਰਿਹਾ ਸੀਗਾ, ਹੁਣ ਤੁਹਾਨੂੰ ਲੱਗ ਰਿਹਾ ਹੈ ਕਿ ਯੂ ਆਰ ਬੀ ਮੋਰ ਸੈਟਲਡ ਇਨ ਦੀ ਇੰਡਸਟਰੀ, ਯੂ ਡੂਇੰਗ ਵੈਲ ਇਨ ਦੀ ਇੰਡਸਟਰੀ? ਡੂਇੰਗ ਵੈਲ ਤਾਂ ਕਰ ਰਹੇ ਹਾਂ, ਚਲੋ ਤਾਂ ਸਹੀ ਹੈ, ਪਰ ਮੈਨੂੰ ਹਲੇ ਇਦਾਂ ਲੱਗਦਾ ਵੀ ਜਿੱਥੇ ਮੈਂ ਪਹੁੰਚਣਾ ਚਾਹੁੰਦਾ ਹਲੇ ਉੱਥੇ ਤੱਕ ਆਏ ਨਹੀਂ ਹੈਗੇ ਜੀ, ਹਲੇ ਤਾਂ ਬਹੁਤ ਸੁਪਨੇ ਵੱਡੇ ਦੇਖੇ ਹੋਏ ਨੇ ਥੋੜੇ ਜਿਹੇ, ਕਹਿੰਦੇ ਹੁੰਦੇ ਆ ਵੀ ਜੇ ਸੁਪਨੇ ਛੋਟੇ ਦੇਖੋ ਤਾਂ ਉਹਦਾ ਵੀ ਫਾਇਦਾ ਨਹੀਂ, ਜੇ ਦੇਖਣਾ ਤਾਂ ਵੱਡੇ ਹੀ ਦੇਖੋ ਰਹੇ। ਸੋ ਜਾ ਰਹੇ ਹਾਂ ਹਲੇ, ਔਨ ਦਾ ਵੇ ਆ, ਰੱਬ ਸੁੱਖ ਰੱਖੇ, ਬਹੁਤ ਕੁਛ ਹੋਊਗਾ ਅੱਗੇ ਅੱਗੇ। That's really, really nice. So I think we're hitting the hour. I can't keep you for too long either. I mean, Kenta almost ho chuka hai, but tu kithe office bhi chahiye, and then we'll do a proper one in the studio. But I hope you enjoyed the chit chat. I hope ki thode fans nu thode bare thoda bahut hor janan nu milya hovega. ਬਹੁਤ ਵਧੀਆ, ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਬ੍ਰਿਟਿਸ਼ ਜੀ, ਥੈਂਕ ਯੂ ਰਾਜ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਡੇ ਗਾਣੇ ਲਾਉਂਦੇ ਰਹਿੰਦੇ ਹੋ ਤੁਸੀਂ ਆਪਣੇ ਚੈਨਲ ਦੇ ਉੱਤੇ, ਥੈਂਕ ਯੂ ਸੋ ਮੱਚ। ਤੇ ਐਂਡ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਜਾਣ ਦਵਾਂ, ਯੂ ਹੈਵ ਟੂ ਸਿੰਗ, ਯੂ ਟੋਲਡ ਅਸ ਦੈਟ ਤੁਸੀਂ ਕੁਝ ਲਿਖਿਆ ਸੀਗਾ ਸਾਡੇ ਲਈ। ਯਾ ਯਾ, ਲਿਖਿਆ ਤਾਂ ਬਹੁਤ ਕੁਝ ਹੈ, ਇੱਕ ਤਾਂ ਸ਼ੇਰ ਹੋਰ ਸੁਣਾ ਦਵਾਂ ਤੁਹਾਨੂੰ, ਮੈਂ ਅੱਜ ਕੱਲ ਸ਼ਾਇਰੀ ਮੂਡ 'ਚ ਆਇਆ। ਓਕੇ, ਜਿਹੜੇ ਯੂਟਿਊਬ ਵਾਲਿਆਂ ਨੇ ਪਾਉਣਾ ਨਾ ਯੂਟਿਊਬ ਤੇ ਕੱਟ ਕੇ ਹੁਣ ਸਕਰੀਨ ਰਿਕਾਰਡ ਡਰਾਉਣ ਕਰ ਲਓ ਕਿ ਇਹ ਲੰਘ ਜਾਣਾ ਛੇਤੀ। ਕਹਿੰਦਾ ਕਰਨ ਉਹਦੇ ਲਈ ਕਹਿੰਦਾ 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 ਚੜ੍ਹਦੇ ਸੂਰਜ ਨੂੰ ਸਲਾਮਾਂ ਨੇ, ਲਹਿੰਦਿਆਂ ਨੂੰ ਕੌਣ ਪੁੱਛਦਾ, ਘਰ ਵੀ ਬਣੇ ਹੋਏ ਸੋਹਣੇ ਲੱਗਦੇ ਨੇ, ਢਹਿੰਦਿਆਂ ਨੂੰ ਕੌਣ ਪੁੱਛਦਾ। ਸੂਰਜ ਨੂੰ ਬਹੁਤ ਮਾਣ ਸੀ, ਕਹਿੰਦਾ ਇੱਕ ਸੂਰਜ ਨੂੰ ਬਹੁਤ ਮਾਣ ਸੀ ਆਪਣੇ ਚਾਨਣ ਤੇ, ਰਾਤ ਆਈ ਮਿੰਟਾਂ 'ਚ ਛਾ ਗਈ। ਇੱਕ ਲੱਕੜ ਨੂੰ ਵੀ ਬਹੁਤ ਮਾਣ ਸੀ ਆਪਣੇ ਸਖ਼ਤ ਹੋਣ ਤੇ, ਸਿਉਂਕ ਆਈ ਤੇ ਮਿੰਟਾਂ 'ਚ ਖਾ ਗਈ। ਤੇ ਕਹਿੰਦਾ ਗੁਲਾਬ ਦੇ ਫੁੱਲ ਦੇ ਕੰਢੇ ਦਾ ਕੋਈ ਦੇਖਦਾ ਹੀ ਨਹੀਂ, ਗੁਲਾਬ ਦੇ ਫੁੱਲਾਂ ਦੇ ਕੰਢੇ ਦਾ ਕੋਈ ਦੇਖਦਾ ਨਹੀਂ, ਪੱਤੇ ਦੇਖ ਕੇ ਕਹਿ ਦਿੰਦੇ ਆ ਵੀ ਦੇਖੋ ਕਿੰਨੇ ਪੋਲੇ ਆ। ਇੱਕ ਬੰਦਾ ਫੁੱਲ ਨੂੰ ਤੋੜ ਕੇ ਕਹਿੰਦਾ ਠੀਕ ਹੈ, ਦੁੱਖ ਤਾਂ ਨਹੀਂ ਲੱਗਿਆ, ਵੀ 10 ਪਲਾ ਕਮਲੇ ਉਹ ਵੀ ਕਦੇ ਬੋਲਿਆ। ਕਹਿੰਦਾ ਰੋਟੀ ਦਾ ਮਸਲਾ ਸਾਰਾ, ਜੀਭ ਬੰਦੇ ਤੋਂ ਬਹੁਤ ਕੁਝ ਕਰਾ ਵੀ ਦਿੰਦੀ ਆ, ਤੇ ਜ਼ਬਾਨ ਆ ਨਾ ਜਿਹੜੀ ਬੰਦੇ ਬਣਾ ਵੀ ਦਿੰਦੀ ਆ ਤੇ ਬੰਦੇ ਮਰਾ ਵੀ ਦਿੰਦੀ ਆ। ਟਾਈਮ ਬਦਲਦੇ ਦਾ ਪਤਾ ਥੋੜੀ ਲੱਗਦਾ, ਬੰਦੇ ਦੀ ਤਾਂ ਮਿੱਟੀ ਔਕਾਤ ਹੁੰਦੀ ਆ। ਟਾਈਮ ਬਦਲਦੇ ਦਾ ਪਤਾ ਥੋੜੀ ਲੱਗਦਾ, ਬੰਦੇ ਦੀ ਤਾਂ ਮਿੱਟੀ ਔਕਾਤ ਹੁੰਦੀ ਆ। ਜੇ ਫੁੱਲਾਂ ਤੇ ਸੋਈਏ ਤਾਂ ਪਹਿਲੀ ਰਾਤ ਹੁੰਦੀ ਆ, ਜੇ ਫੁੱਲ ਆਪਣੇ ਤੇ ਸੌਣ ਤਾਂ ਆਪਣੀ ਆਖਰੀ ਰਾਤ ਹੁੰਦੀ ਹੈ। ਕਹਿੰਦਾ ਕਿੱਦਾਂ ਦੇ ਤਜਰਬੇ ਹੋਇਆ ਜ਼ਿੰਦਗੀ 'ਚ, ਅਜੇ ਤਾਂ ਮੈਂ ਲਿਖ ਨਹੀਂ ਰਿਹਾ। ਕਿਸੇ ਗਰੀਬ ਦੀ ਕੁੱਲੀ 'ਚ ਜਾ ਕੇ ਇਹੀ ਕਹਿਣਾ ਹੁੰਦਾ, ਰੱਬਾ ਕਿੱਥੇ ਆ ਤੂੰ, ਮੈਨੂੰ ਦਿਖ ਨਹੀਂ ਰਿਹਾ। ਜੇ ਕੋਈ ਤੁਹਾਡਾ ਬਾਹਲਾ ਭੇਤੀ ਹੋਊ, ਉਹ ਵੀ ਤੁਹਾਡਾ ਮਾੜਾ ਫੇਰ ਹੀ ਕਰ ਸਕਦਾ। ਜੇ ਕੋਈ ਤੁਹਾਡਾ ਬਾਹਲਾ ਭੇਤੀ ਹੋਊ, ਉਹ ਵੀ ਤੁਹਾਡਾ ਮਾੜਾ ਫੇਰ ਹੀ ਕਰ ਸਕਦਾ। ਔਜਲੇ ਤੈਨੂੰ ਵੀ ਲੱਗਦਾ ਕੋਈ ਤੇਰਾ ਹੀ ਮਾਰ ਗਿਆ, ਕਿਉਂਕਿ ਸ਼ੇਰ ਦਾ ਸ਼ਿਕਾਰ ਵੀ ਕੋਈ ਸ਼ੇਰ ਹੀ ਕਰ ਸਕਦਾ। ਥੈਂਕ ਯੂ ਜੀ। That's really, really nice. Thank you so much. As Thank always, you. We wish you all the best. Because you're bahut vadhiya kar rahe hain, and we wish you way more success and happiness in your in your life. And Thank we're you, always going to be your biggest fans. I think main hamesha kehni hai ki main thodi biggest fan hai. So I will always say that. Always be supporting. And to see you vadhiya karde raho and keep entertaining us. ਥੈਂਕ ਯੂ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਿਆ ਗੱਲ ਕਰਕੇ ਸਾਰਿਆਂ ਨਾਲ, ਸਾਰਿਆਂ ਲਈ ਪਿਆਰ, ਸਾਰਿਆਂ ਲਈ ਰਿਸਪੈਕਟ। ਤੇ ਤੁਸੀਂ ਸਾਰੇ ਫੈਨ ਨਹੀਂ ਹੈਗੇ ਮੇਰੇ, ਤੁਸੀਂ ਸਾਰੇ ਫੈਮਿਲੀ ਹੋ ਮੇਰੀ, ਕਿਉਂਕਿ ਤੁਸੀਂ ਸਾਰੇ ਹੀ ਹੋ, ਹੋਰ ਤਾਂ ਕੋਈ ਹੈ ਨਹੀਂਗਾ, ਤੁਸੀਂ ਹੀ ਹੋ ਸਾਰੇ। ਸੋ ਦੈਟਸ ਇਟ, ਇਹੀ ਕਹੂੰਗਾ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ। ਥੈਂਕ ਯੂ, ਟੇਕ ਕੇਅਰ।